अकाल चैनल नू सब्सक्राइब करो, नवी वीडियोस दी नोटिफिकेशन दे लई बेल आइकन नू क्लिक करना ना भूलना। देश विदेशों में अकाल चैनल देख रहे सारे दर्शकों का स्वागत है दोस्तों, तुहाडे अपने खास प्रोग्राम सिख मसले विच। बड़ा ही गंभीर ते अहम मसला अज साडी कौम दे सामने है, वह है धर्मी फौजियां दा सत्कार। धर्मी फौजियां नूं बंदा मान सम्मान अजे तक क्यों नहीं मिलिया? बड़ा लंबा समा हो चुका है धर्मी फौजी जिन्हां ने पंथ की खातर, श्री अकाल तख्त साहब की होई बेदबी की खातर अपना सब कुछ कुरबान कर दिता, परंतु पंथ ने उन्हां दा किन्ना कु सत्कार किया, पंथक आगुआ ने साडी पंथक सरकार ने किन्ना कु बनदा मान सम्मान उन्हां नूं दिता। इस पूरे विषय बारे गलबात करने लिए अज दो अहम शख्सियतां धर्मी फौजी साडे अकाल चैनल के पटियाला स्टूडियो पहुंचे ने। उन्होंने जिया कहने साडे अति सत्कारयोग सरदार मलकीत सिंह जी और दूजी शख्सियत ने सरदार बाबू सिंह जी। तुहानू फतेह अर्ज करते हैं जी। वाहिगुरु जी का खालसा वाहिगुरु जी की फतेह। सब तो पहले बाबू सिंह मैं तुहाडे वल आवांगा, पिछे भी तुहाडे धर्मी फौजी जिहड़े मुख है ने सेवादार ने सरदार जसपाल सिंह ने भी बड़े सोहणे ढंग दे नाल इक पंथ नूं होका दित्ता सी, अपना दर्द बयान किया सीगा। एक नहीं अनेकां सरकारां आईआं 1984 तो बाद, बड़िया सरकारां दे कोल तुसीं पहुँच की, पंथक आगुआं दे कोल पहुँच की, परंतु अज तक जिहड़ा संघर्ष धर्मी फौजियां ने उलीकिया सी उस नूं बूर क्यों नहीं पिया, तुसीं की समझदे हो? जथेदार जी, गल इह है भी असीं बहुत ही जिहड़े आर्मी दे विच भर्ती होए सीगे जी, ये छोटे घरां दे जां गरीब लोग सीगे, गरीब परिवार दे विचों भर्ती होए सीगे। मैं दो मिनट अपना जिहड़ा पछोकड़ दस दवां तुहानूं भी, हो सकता मेरे तो भी गरीब होण। हुण साडे फादर जी उस टाइम रेहड़े दा काम करदे सीगे जी, ते असीं मतलब के भी उन्हां दिनां दे विच जां उस वेले मझां रखण दी आदत हुंदी भी, जिहदे घर मझ नहीं जां दुध नहीं उहदे घर पुत नहीं, कहावत चलदी सी उहनां वेले दे। असीं दुध पी के माड़ा मोटा साडी बाडी जां शरीर साडा वधिया हो गया। मैनूं किसी ने कहा भी, कहिंदा बाबू सिंह तेरा बाडी वधिया, तूं फौज 'च भर्ती हो जा जी। अचानक इत्थे पटियाली भर्ती खुल्ली सीगी, ਅਤੇ ਅਸੀਂ ਇੱਥੇ ਭਰਤੀ ਦੇ ਵਿੱਚ ਆਏ ਅਤੇ ਅਸੀਂ ਭਰਤੀ ਹੋ ਗਏ ਜੀ ਇੱਥੇ। ਭਰਤੀ ਹੋਣ ਤੋਂ ਬਾਅਦ ਸਾਨੂੰ ਨਾਲ ਇੱਕ ਦਿਨ ਦੀ ਇਹਨਾਂ ਨੇ ਕਹਿ ਦਿਆ ਵੀ ਆਪਣਾ ਇੱਕ ਅੱਜ ਜਾਓ ਅਤੇ ਕੱਲ੍ਹ ਨੂੰ ਆਪਣੇ ਘਰੋਂ ਮਾੜਾ ਮੋਟਾ ਸਮਾਨ ਜੋ ਵੀ ਤੁਸੀਂ ਕੱਪੜਾ ਜਿਹੜਾ ਲੈਣਾ ਅਤੇ ਲੈ ਕੇ ਆ ਜਾਓ, ਅਤੇ ਤੁਹਾਨੂੰ ਰਾਮਗੜ੍ਹ ਸੈਂਟਰ 'ਚ ਹੀ ਤੋਰ ਦੇਣਾ। ਅਸੀਂ ਇੱਕ ਦਿਨ ਰਾਤ ਨੂੰ ਅਸੀਂ ਘਰ ਗਏ, ਸਵੇਰੇ ਦੂਸਰੇ ਦਿਨ ਅਸੀਂ ਆਪਣਾ ਬੈਗ ਲੈ ਕੇ ਜੋ ਮਾੜਾ ਮੋਟਾ ਖਾਣਾ ਖੁਣਾ ਜਾਂ ਜੋ ਕੱਪੜਾ ਜਿਹੜਾ ਜੋ ਵੀ ਚੱਕਣਾ ਸੀ ਚੱਕਿਆ ਕਰੋ ਜੀ, ਅਤੇ ਇਹਨਾਂ ਨੇ ਸਾਨੂੰ ਰਾਮਗੜ੍ਹ ਅਧੰਚੀ ਭੇਜ ਦਿੱਤਾ ਜੀ, ਅਤੇ ਸਾਨੂੰ ਉੱਤੇ ਹੱਥ ਰੱਖ ਕੇ ਵੀ ਤੁਸੀਂ ਦੇਸ਼ ਵਾਸਤੇ ਕੌਮ ਵਾਸਤੇ ਆਪਣੀ ਜਾਨਾਂ ਵਾਰ ਦਿਓਗੇ, ਜੇ ਤਾਂ ਕੋਈ ਮੁਸ਼ਕਿਲ ਆਈ ਦੇਖ ਤੇ ਉਹ ਅਸੀਂ ਕਸਮ ਖਾਂਦੇ ਹਾਂ ਗੁਰੂ ਗ੍ਰੰਥ ਸਾਹਿਬ ਦੀ ਜੀ। ਅਤੇ ਜਦੋਂ 1984 ਦੇ ਵਿੱਚ ਇਹ ਕਾਂਡ ਵਾਪਰਿਆ ਦਰਬਾਰ ਸਾਹਿਬ 'ਤੇ, ਜਦੋਂ ਮਤਲਬ ਕਿ ਇਹ ਗੱਲਾਂ ਆਈਆਂ ਜਸਪਾਲ ਸਿੰਘ ਦੇ ਧਿਆਨ ਦੇ ਵਿੱਚ, ਇਹ ਗੱਲਾਂ ਆਈਆਂ ਵੀ ਦਰਬਾਰ ਸਾਹਿਬ ਨੂੰ ਘੇਰਾ ਪਾਇਆ ਗਿਆ, ਅਕਾਲ ਤਖ਼ਤ ਨੂੰ ਢੇਰੀ ਕਰਨ, ਤੋਪਾਂ ਗੱਡੀਆਂ ਟੈਂਕ ਸਾਰਾ ਕੁਛ ਉੱਤੇ ਵਿੜ ਦਿੱਤਾ, ਸਰਕਾਰ ਨੇ ਬੜੀ ਉੱਥੇ ਆਰਮੀ ਭੇਜ ਦਿੱਤੀ ਗਈ। ਇਹ ਗੱਲਾਂ ਸਾਡੇ ਜਦੋਂ ਪਲਟਨ ਦੇ ਨੌ ਸਿੱਖ ਦੇ ਇਹ ਗੰਗਾ ਨਗਰ ਸ਼ਹਿਰ ਦੇ ਵਿੱਚ ਸੀਗੀ ਲਾਰਗੜ ਜੱਟਾਂ, ਅਤੇ ਉੱਥੇ ਜਦੋਂ ਇਹ ਗੱਲ ਸਾਡੇ 'ਚ BBC ਸਿਲੰਦਰ ਦੇ ਥਰੂ ਪਹੁੰਚੀ ਕਿ ਦਰਬਾਰ ਸਾਹਿਬ ਇਹ ਕੁਛ ਹੋ ਰਿਹਾ, ਪੰਜਾਬ ਦੇ ਵਿੱਚ ਇਹ ਕੁਛ ਹੋ ਰਿਹਾ, ਪੰਜਾਬ ਦੇ ਵਿੱਚ ਵੀ 5 ਸਾਲ ਤੋਂ ਲੈ ਕੇ ਸਿੱਖਾਂ ਦੇ ਵਿੱਚ ਸਾਰੇ 8 ਤਰੀਕ ਨੂੰ 100 ਬਲੂ ਸਟਾਰ ਕਰਕੇ ਖਤਮ ਕਰ ਦਿੰਦੇ ਹਾਂ ਸਰਦਾਰ, ਅਤੇ ਅਸੀਂ ਇਹ ਸੋਚਿਆ ਵੀ ਜੇ ਪੰਜਾਬ ਦੇ ਵਿੱਚ ਇਹਨਾਂ ਨੇ ਸਿੱਖ ਖਤਮ ਕਰਤੇ, ਹੋ ਸਕਦਾ ਜਿਹੜੀ ਸਿੱਖ ਪਲਟਣਾ ਪਿਓਰ ਇਹਨੂੰ ਵੀ ਇੱਥੇ ਬੰਬਾਂ ਦੇ ਨਾਲ ਖਤਮ ਕਰ ਸਕਦੇ ਹਾਂ, ਅਤੇ ਅਸੀਂ ਕਿਹਾ ਵੀ ਮਰਨਾ ਤਾਂ ਹੈਗਾ ਵੀ ਕੁਛ ਨਾ ਕੁਛ ਕਰਕੇ ਮਰੋ, ਇੱਥੇ ਵੀ ਮਰਨਾ ਆਪਾਂ ਨੇ, ਬਿਹਤਰ ਤਾਂ ਇਹ ਵੀ ਜਿਹੜੀ ਆਰਮੀ ਅਕਾਲ ਤਖ਼ਤ ਨੂੰ ਢਾਹ ਢੇਡ ਲੱਗੀ ਹੋਈ ਆ, ਸਾਡਾ ਹੋਰ ਕਿਸੇ ਸਰਕਾਰ ਦੇ ਨਾਲ ਸਾਡਾ ਕੋਈ ਦੁਸ਼ਮਣੀ ਸੀਗੀ, ਕਿਸੇ ਆਮ ਲੋਕਾਂ ਦੇ ਨਾਲ ਕਿਸੇ ਦੁਸ਼ਮਣੀ ਸੀ, ਸਾਡੀ ਸਿਰਫ ਟੱਕਰ ਸੀਗੀ ਵੀ ਜਿਹੜੀ ਅਕਾਲ ਤਖ਼ਤ ਦੇ ਸਰਕਾਰ ਨੇ ਆਰਮੀ ਭੇਜੀ ਹੋਈ ਆ, ਸਾਡਾ ਮੁਕਾਬਲਾ ਸਿਰਫ ਉਹ ਆਰਮੀ ਦੇ ਨਾਲ ਸੀਗਾ। ਮੈਂ ਥੋੜ੍ਹਾ ਇੱਥੇ ਰੋਕਾਂਗਾ ਤੁਹਾਨੂੰ ਬਾਬੂ ਸਿੰਘ ਜੀ। ਹਾਂਜੀ, ਜਿਸ ਸਰਕਾਰ ਵਿੱਚ ਤੁਸੀਂ ਭਰਤੀ ਹੋ ਕੇ, ਜਿਸ ਫੌਜ ਵਿੱਚ ਤੁਸੀਂ ਭਰਤੀ ਹੋ ਕੇ, ਸਹੁੰ ਖਾਧੀ ਸੀ ਦੇਸ਼ ਵਾਸਤੇ ਕੌਮ ਵਾਸਤੇ, ਇਹ ਵਿਸ਼ਵ ਦੇ ਵਿੱਚ ਪਹਿਲੀ ਘਟਨਾ ਹੋਵੇਗੀ ਕਿ ਇੱਕ ਦੇਸ਼ ਦੀ ਫੌਜ ਨੇ ਦੇਸ਼ ਦੇ ਵਿੱਚ ਹੀ ਧਰਮ ਸਥਾਨਾਂ 'ਤੇ ਅਟੈਕ ਕੀਤਾ। ਕੀ ਕਦੀ ਕਿਸੇ ਦੇਸ਼ ਦੀ ਫੌਜ ਆਪਣੇ ਦੇਸ਼ ਦੇ ਵਿੱਚ ਕਿਸੇ ਦਾ ਧਰਮ ਸਥਾਨ ਖਤਮ ਕਰਨ ਵਾਸਤੇ ਇਸ ਤਰ੍ਹਾਂ ਦਾ ਜਿਹੜੀ ਫੌਜੀ ਕਾਰਵਾਈ ਕਰ ਸਕਦੀ ਹੈ? ਇਹ ਸਿੰਘ ਸਾਹਿਬ ਜੀ, ਵੈਸੇ ਸਾਡੇ ਤਾਂ ਕੋਈ ਧਿਆਨ 'ਚ ਹੈ ਨਹੀਂ ਵੀ ਇਸ ਤੋਂ ਪਹਿਲਾਂ ਕੋਈ ਤਰ੍ਹਾਂ ਦਾ ਭਾਣਾ ਵਾਪਰਿਆ ਹੋਵੇ,
ਪਰ ਜੋ ਕੁਛ ਪਾਣਾ ਇੱਕ ਫੌਜੀ ਤੌਰ ਤੇ ਮੈਂ ਤੁਹਾਨੂੰ ਪੁੱਛਣਾ ਚਾਹਾਂਗਾ ਤੁਸੀਂ ਫੌਜ ਵਿੱਚ ਰਹੋ ਕੀ ਕਿਸੇ ਦੇਸ਼ ਦੀ ਫੌਜ ਜਾਂ ਕੀ ਭਾਰਤ ਸਰਕਾਰ ਦੀ ਫੌਜ ਨੂੰ ਇਹ ਕੰਮ ਕਰਨਾ ਚਾਹੀਦਾ ਸੀ ਆਪਣੇ ਦੇਸ਼ ਦੀ ਫੌਜ ਆਪਣੇ ਧਰਮ ਸਥਾਨ ਖਤਮ ਕਰ ਨਹੀਂ ਕਰਨਾ ਚਾਹੀਦਾ ਸੀ ਤੁਹਾਡੇ ਮੁਤਾਬਕ ਜੋ ਹੋਇਆ ਗਲਤ ਹੋਇਆ ਗਲਤ ਹੋਇਆ ਜੀ ਗਲਤ ਹੋਇਆ ਜੀ ਉਹਦੇ ਹੋਰ ਤਰੀਕੇ ਬੜੇ ਸੀਗੇ ਜੀ ਕਿਸੇ ਤਰੀਕੇ ਨਾਲ ਮਤਲਬ ਕਿ ਘੇਰਾਬੰਦੀ ਰੱਖ ਜੇ ਕੋਈ ਹੋਰ ਬੜੇ ਤਰੀਕੇ ਸੀਗੇ ਉਹਨੂੰ ਕਿਸੇ ਤਰੀਕੇ ਨਾਲ ਜੇ ਇਹਨਾਂ ਨੂੰ ਕੁਛ ਲੱਗਦਾ ਸੀ ਵੀ ਇੱਥੇ ਕੋਈ ਗਲਤ ਬੰਦੇ ਆ ਜਾਂ ਕੋਈ ਗਲਤ ਹੈ ਇੱਥੇ ਕੋਈ ਹਰਕਤ ਹੋ ਰਹੀ ਹੈ ਬੜੇ ਤਰੀਕੇ ਸੀਗੇ ਸਰਕਾਰਾਂ ਕੋਲ ਬਹੁਤ ਤਰੀਕੇ ਹੁੰਦੇ ਆ ਯਾਨੀ ਕਿ ਗੱਲ ਬਿਲਕੁਲ ਸਹੀ ਹੈ ਇੱਕ ਤਰ੍ਹਾਂ ਦੀ ਕੌਮ ਨੂੰ ਖਤਮ ਕਰਨਾ ਸੀਗਾ ਹਾਂਜੀ ਇਹ ਕੋਈ ਸ਼ੱਕ ਨਹੀਂ ਜੀ ਕੌਮ ਨੂੰ ਖਤਮ ਕਰਨ ਵਾਲੀ ਗੱਲ ਸੀਗੀ ਤੁਸੀਂ ਉੱਥੇ ਕੀ ਫੈਸਲਾ ਲਿੱਤਾ ਫਿਰ ਜੋ ਤੁਹਾਡਾ ਸਮੇਂ ਖਬਰ ਆਈ ਜਦੋਂ ਅਸੀਂ ਫੈਸਲਾ ਵੀ ਲਿਆ ਵੀ ਸਾਡੀ ਇਸ ਤਰ੍ਹਾਂ 4 ਤਰੀਕ ਨੂੰ ਲਾ ਲਓ ਜਾਂ 3 ਤਰੀਕ ਨੂੰ ਲਾ ਲਓ ਸਾਡੀਆਂ ਜਸਪਾਲ ਸਿੰਘ ਨੇ ਜਦੋਂ ਇਹ ਗੱਲ ਮਤਲਬ ਕਿ ਵੀ ਜਿਹੜੇ ਉਹਨੂੰ ਹਰਿਆਣੇ ਦਾ ਜਸਪਾਲ ਸਿੰਘ ਆ ਸਾਡਾ ਨੌ ਸਿੱਖ ਦਾ ਬੰਦਾ ਉਹਨੂੰ ਸਜ਼ਾ ਵੀ 20 ਸਾਲ ਹੋਈ ਸਭ ਤੋਂ ਜ਼ਿਆਦਾ ਸਜ਼ਾ ਹੋਈ ਹੈ ਅਤੇ ਜਦੋਂ ਉਹ ਗੱਲ ਉਹਨੇ ਸੁਣੀ ਬੀਬੀ ਸਿਲੰਦਰ ਤੋਂ ਖਬਰ ਸੁਣੀਏ ਉਹਨੇ ਨੁੱਕਰ ਮੀਟਿੰਗਾਂ ਸ਼ੁਰੂ ਕਰਤੀਆਂ ਵੀ ਜਿਸ ਤਰ੍ਹਾਂ ਤੁਹਾਡੇ ਨਾਲ ਹੋ ਗਈ ਮੇਰੇ ਨਾਲ ਹੋ ਗਈ ਹੋਰ ਕਿਸੇ ਨਾਲ ਹੋ ਗਈ ਵੀ ਦਰਬਾਰ ਸਾਹਿਬ 'ਤੇ ਇਹ ਹੋ ਗਿਆ ਪੰਜਾਬ ਦੇ ਵਿੱਚ ਇਹ ਹੋ ਗਿਆ ਵੀ ਆਪਾਂ ਨੂੰ ਕੁਛ ਨਾ ਕੁਛ ਕਰਨਾ ਚਾਹੀਦਾ ਜਸਪਾਲ ਸਿੰਘ ਦੇ ਉਸ ਟਾਈਮ ਮੈਂ ਕਾਫੀ ਕਰੀਬ ਸੀਗਾ ਇਹ ਸਾਰੀਆਂ ਗੱਲਾਂ ਬਾਤਾਂ ਸਾਡੇ ਧਿਆਨ 'ਚ ਆਉਂਦੀਆਂ ਰਹੀਆਂ ਹੋਰ ਵੀ ਸਾਡੇ ਬਹੁਤ ਸਿੰਘ ਸੀਗੇ ਜਿਨ੍ਹਾਂ ਨੂੰ ਮਤਲਬ ਕਿ ਵੀ ਬਹੁਤ ਨਜ਼ਦੀਕੀ ਸੀਗੇ ਜਸਪਾਲ ਸਿੰਘ ਦੇ ਅਤੇ ਗੱਲਾਂ ਬਾਤਾਂ ਸਾਰੇ ਸੁਣਦੇ ਰਹੇ ਜਿਵੇਂ ਸਾਡੀ ਨੌ ਸਿੱਖ ਦੇ ਵਿੱਚ ਇਹ ਹਰਕਤ 4 ਤਰੀਕ ਤੋਂ ਲੱਗੀ ਹੋਣ ਅਤੇ ਹੌਲੀ ਹੌਲੀ ਜਦੋਂ ਇੱਕ ਦੂਜੇ ਦੇ ਨਾਲ ਤਾਲਮੇਲ ਵੱਧਦਾ ਗਿਆ ਸਾਡਾ ਦੋਵਾਂ ਤੋਂ 4 ਚਾਰਾਂ ਤੋਂ 6 8 10 20 100 ਸਾਡੀ 250 ਤੱਕ ਬੰਦੇ ਦੀ ਪਲੇਨ ਬਣ ਗਈ ਵੀ ਆਪਾਂ ਨੇ 7 ਤਰੀਕ ਨੂੰ ਰਾਤ ਨੂੰ 12 ਵਜੇ ਦਰਬਾਰ ਸਾਹਿਬ ਨੂੰ ਚਾਲੇ ਪਾ ਦੇਣੇ ਆ ਜੀ ਅਤੇ ਆਪਾਂ ਗੁਰਦੁਆਰਾ ਸਾਹਿਬ ਇਕੱਠੇ ਹੋਵਾਂਗੇ ਗੁਰਦੁਆਰਾ ਸਾਹਿਬ ਇਕੱਠੇ ਹੋ ਕੇ ਅਰਦਾਸ ਕਰਨ ਤੋਂ ਬਾਅਦ ਫਿਰ ਆਪਾਂ ਨੇ ਦਰਬਾਰ ਸਾਹਿਬ ਨੂੰ ਚਾਲੇ ਪਾ ਦੇਣੇ ਜਦੋਂ ਅਸੀਂ ਗੁਰਦੁਆਰਾ ਸਾਹਿਬ ਕੋਈ 9-10 ਵਜੇ ਇਕੱਠੇ ਲੱਗੇ ਹੋਣ ਅਤੇ ਮਤਲਬ ਕਿ ਲਗਭਗ ਸਾਨੂੰ 11 ਵੱਜ ਗਏ 11 ਵਜੇ ਤੋਂ ਬਾਅਦ ਉੱਥੇ ਅਰਦਾਸ ਕੀਤੀ ਗਈ ਅਰਦਾਸ ਕਰਨ ਤੋਂ ਬਾਅਦ ਹੁਕਮਨਾਮਾ ਲੈ ਗਿਆ ਇਹਨਾਂ ਨੂੰ ਇੱਕ ਸਿੰਘ ਆ ਗਿਆ ਵੀ ਚਾਰਲੀ ਕੰਪਨੀ ਇੱਕ JCO ਇੱਕ ਹੌਲਦਾਰ ਨੇ ਚਾਰਲੀ ਕੰਪਨੀ ਉਹ 'ਚ ਲਗਭਗ 150 ਬੰਦਾ ਹੁੰਦਾ ਇੱਕ ਕੰਪਨੀ ਦੇ ਵਿੱਚ ਵੀ ਉਹਨਾਂ ਨੇ ਪੂਰੀ ਦੀ ਪੂਰੀ ਕੰਪਨੀ ਰੋਕ ਲਈ ਆ ਉਹ ਕੋਈ ਬੰਦਾ ਹਰਕਤ ਨਹੀਂ ਕਰਦਾ ਉਹ ਜਸ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਜਸਪਾਲ ਸਿੰਘ ਇੱਕ ਮੈਂ ਬਾਬੂ ਸਿੰਘ ਇੱਕ ਜੋਰਾ ਸਿੰਘ ਹੁੰਦਾ ਸੀਗਾ ਗੁਰਦਾਸਪੁਰ ਇਲਾਕੇ ਦਾ ਅਸੀਂ 3 ਬੰਦੇ ਉਹਨਾਂ ਕੋਲੋਂ ਜਦੋਂ ਗਏ ਵੀ ਦਰਬਾਰ ਸਾਹਿਬ 'ਤੇ ਇਹ ਕੁਛ ਹੋ ਰਿਹਾ ਪੰਜਾਬ ਦੇ ਵਿੱਚ ਇਹ ਕੁਛ ਹੋ ਰਿਹਾ ਤੁਸੀਂ ਇਹਨਾਂ ਬੰਦਿਆਂ ਨੂੰ ਰੋਕ ਕਿਉਂ ਰਹੇ ਹਾਂ ਜਸਪਾਲ ਸਿੰਘ ਦੇ ਕਾਫੀ ਜ਼ਿਆਦਾ ਉਹਨਾਂ ਦੇ ਨਾਲ ਬਹਿਸ ਹੋਈ ਬਹਿਸ ਤੋਂ ਬਾਅਦ ਜੋ ਜੋਰਾ ਸਿੰਘ ਨੇ ਇੱਕ ਬਾਬਾ ਦੀਪ ਸਿੰਘ ਜਿਸ ਤਰ੍ਹਾਂ ਬਾਬਾ ਦੀਪ ਸਿੰਘ ਨੇ ਲਾਈਨ ਖਿੱਚੀ ਸੀਗੀ ਉਹ ਲਾਈਨ ਖਿੱਚਦੀ ਇੱਕ ਵੀ ਜਿਹਨੂੰ ਸਿੱਖੀ ਪਿਆਰੀ ਆ ਜਾਂ ਧਰਮ ਪਿਆਰਾ ਉਹ ਲਾਈਨ ਕ੍ਰਾਸ ਕਰ ਦਿਓ ਅਤੇ ਜਿੰਨੇ ਵੀ 100-150 ਬੰਦਾ ਸੀਗਾ ਉਹ ਸਾਰੇ ਨੇ ਲਾਈਨ ਕ੍ਰਾਸ ਕਰ ਦਿੱਤੀ ਸਿਰਫ ਉਹ ਦੋ ਬੰਦੇ ਬਾਹਰ ਖੜ੍ਹੇ ਰਹੇ ਸਾਡੇ ਫਿਰ ਉਹਨਾਂ ਦਾ ਮਾੜਾ ਮੋਟੀ ਹੱਥੋਂ ਪਾਈ ਵੀ ਹੋਈ ਵੈਸੇ ਉਹਨਾਂ ਦੋਵਾਂ ਦੇ ਨਾਲ ਅਤੇ ਹੱਥੋਂ ਪਾਉਣ ਤੋਂ ਬਾਅਦ ਫਿਰ ਅਸੀਂ ਉਹ ਗੁਰਦੁਆਰੇ ਦੇ ਇੱਕ ਕਮਰੇ 'ਚ ਬੰਦ ਵੀ ਕੀਤੇ ਵੈਸੇ ਇਹਨਾਂ ਨੂੰ ਮਤਲਬ ਕਿ ਉਸ ਟਾਈਮ ਸਾਡਾ ਇੱਕ ਤੁਸੀਂ ਹੋਰ ਸਿੰਘ ਸਾਹਿਬ ਜੀ ਤੁਹਾਨੂੰ ਦੱਸਣ ਵਾਲੀ ਗੱਲ ਹੈ ਜਿਹੜੀਆਂ ਗੱਡੀਆਂ ਉਸ ਵੇਲੇ ਸਾਡੀਆਂ ਕੰਡਮ ਕਰਕੇ ਆਪਾਂ ਖੜਾ ਦਿੰਦੇ ਹਾਂ ਵੀ ਇਹ ਗੱਡੀ ਕੰਡਮ ਹੋ ਗਈ ਚੱਲਣ ਦੇ ਲਾਇਕ ਨਹੀਂ ਜੀ ਜਿਹੜਾ ਉੱਥੋਂ ਦਾ MT ਹੌਲਦਾਰ ਸੀਗਾ ਜਿਹਦੇ ਗੱਡੀਆਂ ਅੰਡਰ ਹੁੰਦੀਆਂ ਜਸਪਾਲ ਸਿੰਘ ਨੇ ਕਿਹਾ ਵੀ ਜਿਹੜੀ ਵੀ ਗੱਡੀ ਖੜੀ ਹੈ ਉਹਨਾਂ 'ਚ ਤੁਸੀਂ ਤੇਲ ਪਾਣੀ ਪਾ ਦਿਓ ਅਤੇ ਆਪਣੇ ਡਰਾਈਵਰ ਨੂੰ ਪੱਕਾ ਕਰ ਦਿਓ ਜਿਹੜੀ ਗੱਡੀ 'ਚ ਵੀ ਤੇਲ ਪਾਇਆ ਉਹ ਗੱਡੀ ਭਾਵੇਂ ਬੜੇ ਚਿਰਾਂ 2 ਸਾਲ ਦੀ ਖੜੀ ਸੀ ਭਾਵੇਂ 5 ਸਾਲ ਦੀ ਖੜੀ ਸੀਗੀ ਉਹ ਗੱਡੀ 'ਚ ਤੇਲ ਪਾਈ ਅਤੇ ਗੱਡੀ ਸਟਾਰਟ ਜਿਹੜੀ ਕੰਡਮ ਗੱਡੀ ਇੱਕ ਕੁਦਰਤ ਦਾ ਭਾਣਾ ਲਾ ਲਓ ਜਾਂ ਕੁਦਰਤ ਵਰਤ ਰਹੀ ਸੀਗੀ ਉੱਥੇ ਸਾਡੇ ਪਲਟਨ ਦੇ ਵਿੱਚ ਉਸ ਤੋਂ ਬਾਅਦ ਜਦੋਂ ਇਹ ਸਾਡੀ ਹਰਕਤ ਹੋਈ ਸਭ ਤੋਂ ਪਹਿਲਾਂ ਤਾਂ ਹਥਿਆਰ ਲਏ ਗੋਲੀ ਬਰੂਦ ਜੋ ਵੀ ਲੈਣਾ ਸੀਗਾ ਲਿਆ ਫਿਰ ਉਸ ਨੂੰ ਮਤਲਬ ਕਿ ਵੀ ਅਸੀਂ ਟੈਸਟ ਕੀਤਾ ਆਪਣੇ ਹਥਿਆਰ ਨੂੰ ਬਿਲਕੁਲ ਹਾਂ ਹਥਿਆਰ ਨੂੰ ਅਸੀਂ ਉਸ ਨੂੰ ਟੈਸਟ ਕੀਤਾ ਵੀ ਕੋਈ ਰਫਲ ਸਾਡੀ ਕੋਈ ਕਮਜ਼ੋਰ ਤਾਂ ਨਹੀਂ ਇਹਨੂੰ ਚਲਾ ਕੇ ਦੇਖੋ ਜਿਸ ਤਰ੍ਹਾਂ ਦਿਵਾਲੀ ਨੂੰ ਪਟਾਕੇ ਚੱਲਦੇ ਹੈ ਉੱਦਾਂ ਸਾਡੇ ਉੱਥੇ ਪਲਟਨ ਦੇ ਵਿੱਚ ਹਵਾਈ ਫੈਲ ਕੀਤੇ ਗਏ ਵੀ ਟੈਸਟ ਕੀਤਾ ਗਿਆ ਉਸਨੂੰ ਹਥਿਆਰ ਨੂੰ ਉਸ ਤੋਂ ਬਾਅਦ ਜਦੋਂ ਅਸੀਂ ਮਤਲਬ ਕਿ ਟੈਸਟ ਕਰਕੇ ਹਥਿਆਰ ਜਿਹੜਾ ਕੰਮ ਦਾ ਸੀਗਾ ਉਹ ਲੈ ਲਿਆ ਬਾਕੀ ਦਾ ਅਸੀਂ ਉੱਥੇ ਸੁੱਟਤਾ ਅਤੇ ਸਾਡੀ ਮਤਲਬ ਕਿ ਉੱਥੇ ਕਾਰਵਾਈ ਚੱਲ ਪਈ ਕਿਉਂਕਿ ਤੁਸੀਂ ਆਪਣੇ ਪਲਟਨ 'ਚੋਂ ਬਾਹਰ ਆ ਚੁੱਕੇ ਹਾਂਜੀ ਪਲਟਨ ਤੋਂ ਬਾਹਰ ਆ ਗਏ ਦਰਬਾਰ ਸਾਹਿਬ ਵੱਲ ਕੂਚ ਕਰਨਾ ਸ਼ੁਰੂ ਹਾਂਜੀ ਛੱਡ ਕੇ ਚਾਲੂ ਪਾ ਦਿੱਤੇ ਹਾਂਜੀ ਸਭ ਤੋਂ ਪਹਿਲੇ ਤੁਸੀਂ ਜਦੋਂ ਬਾਹਰ ਆਏ ਸਭ ਤੋਂ ਪਹਿਲਾਂ ਤੁਹਾਨੂੰ ਕਿੱਥੇ ਮੁਸ਼ਕਲ ਆਈ ਕਿੱਥੇ ਰੋਕਿਆ ਗਿਆ ਕਿਉਂਕਿ ਤੁਸੀਂ ਭਾਰਤੀ ਫੌਜ ਦੇ ਫੌਜੀ ਹੋ ਹਾਂਜੀ ਹਾਂਜੀ ਤੁਸੀਂ ਕਿਸੇ ਆਮ ਫੌਜੀ 'ਚ ਨਹੀਂ ਗਿਣੇ ਜਾਂਦੇ ਹਾਂਜੀ ਹਾਂਜੀ ਜਦੋਂ ਜੀ ਅਸੀਂ ਪਲਟਨ ਛੱਡਤੀ ਜੀ ਜਦੋਂ ਸਭ ਤੋਂ ਪਹਿਲਾਂ ਸਾਡਾ ਬੋਰ ਲਗਭਗ ਅਸੀਂ 4 ਵਜੇ ਪਹੁੰਚੇ ਇੱਥੇ ਰਾਤ ਨੂੰ ਸਾਡੇ ਤੋਂ ਥੋੜ੍ਹੀ ਦੂਰ ਸੀਗਾ ਵੈਸੇ 4 ਵਜੇ ਇੱਥੇ ਪਹੁੰਚ ਕੇ ਸਾਡੀਆਂ ਉੱਥੇ 3 ਟੁਕੜੀਆਂ ਹੋ ਗਈਆਂ ਇੱਕ ਕਿਸਮ ਦੀਆਂ ਜੀ ਇੱਕ ਟੁਕੜੀ ਸਾਡੀ ਆਪਣਾ ਇੱਧਰ ਨੂੰ ਗੰਗਾ ਉਸ ਨੂੰ ਬੋਰ ਨੂੰ ਅੱਗੇ ਕ੍ਰਾਸ ਕਰ ਗਈ 2 ਟੁਕੜੀਆਂ ਸਾਡੀਆਂ ਸਾਈਡਾਂ 'ਤੇ ਹੋ ਗਈਆਂ ਉੱਥੋਂ ਸਾਡੀ ਜਿਹੜੀ ਮੇਨ ਟੁਕੜੀ ਸੀਗੀ
ਜਦੋਂ ਉੱਥੇ ਗੱਡੀ ਦਾ ਇੱਕ ਫਾਟਕ ਲੱਗਾ ਸੀਗਾ, ਗੱਡੀ ਦਾ ਫਾਟਕ ਉਹਨੇ ਜਾਣ ਕੇ ਲਾਤਾ। ਵੈਸੇ ਸਾਨੂੰ ਇਹ ਸੀਗਾ ਵੀ ਇੱਥੇ ਗੱਡੀ ਕੋਈ ਕ੍ਰਾਸ ਹੋ ਰਹੀ ਹੈ, ਵੀ ਇਸ ਕਰਕੇ ਇਹ ਗੱਡੀ ਦਾ ਇਹਨਾਂ ਨੇ ਰੋਕ ਰੱਖਿਆ। ਪਰ ਜਦੋਂ ਸਾਨੂੰ ਇਹ ਪਤਾ ਲੱਗਿਆ ਵੀ ਇਹ ਜਾਣ ਬੁੱਝ ਕੇ ਇਹਨਾਂ ਨੇ ਲਾਇਆ ਹੋਇਆ, ਫਿਰ ਹੋ ਸਕਦਾ ਵੀ ਅਸੀਂ ਉਹ ਜਿਹੜਾ ਪਹਿਲਾਂ ਲੱਕੜ ਦੇ ਹੁੰਦੇ ਸੀਗੇ ਗੱਡੀ ਦੇ ਫਾਟਕ ਲੱਗੇ ਹੋਏ ਡੰਡੇ ਜੇ, ਹੋ ਸਕਦਾ ਵੀ ਅਸੀਂ ਉਹ ਫਾਟਕ ਮਤਲਬ ਕਿ ਜਿਹੜਾ ਡੰਡਾ ਜਿਹਾ ਲਾਇਆ ਸੀਗਾ ਅਸੀਂ ਤੋੜ ਦਿੱਤਾ ਹੋਵੇ ਗੱਡੀ ਦੇ ਨਾਲ। ਅਤੇ ਉਹਨਾਂ ਨੇ ਅੱਗੇ ਕਿਲੋਮੀਟਰ ਤੋਂ ਦੂਰ ਅੱਗੇ ਉਹਨਾਂ ਨੇ ਇੱਕ ਦੋਨੇ ਪਾਸੇ ਸਾਈਡਾਂ 'ਤੇ ਐਡੇ ਨੇ ਦੁਆਰਾਂ ਸੀਗੀਆਂ 3 ਫੁੱਟ ਦੀਆਂ ਕੱਚੀਆਂ, ਅਜੇ ਵੀ ਮੌਜੂਦ ਆ ਇੱਥੇ ਉਸ ਇਲਾਕੇ 'ਚ ਬੋਰ ਦੇ ਵਿੱਚ। ਉਹ ਦੋਨੇ ਸਾਈਡਾਂ 'ਤੇ ਉਹਨਾਂ ਨੇ ਆਰਮੀ ਲਾ ਤੀ ਅਤੇ ਕੋਈ 2 ਕਿਲੋਮੀਟਰ ਦੇ ਅੱਗੇ ਟੈਂਕ ਲਾ ਅਤੇ GT ਰੋਡ ਬਲੌਕ ਕਰਤਾ। ਜਦੋਂ ਸਾਡੀਆਂ ਮੇਨ ਗੱਡੀਆਂ ਅੱਗੇ ਲੰਘ ਗਈਆਂ, ਮੇਨ ਗੱਡੀਆਂ ਨੂੰ ਕੁਛ ਨਾ ਕਿਹਾ, ਪਿੱਛੇ ਜਦੋਂ 2-4 ਗੱਡੀਆਂ ਸਾਡੀਆਂ ਬਚੀਆਂ ਵੀ ਹੁਣ ਸਿਰਫ 2-3 ਗੱਡੀਆਂ ਬਚ ਗਈਆਂ, ਅਗਲੀ ਗੱਡੀ ਤਾਂ ਹੁਣ ਅਗਲੀ ਗੱਡੀ ਨੂੰ ਤਾਂ ਪਤਾ ਨਹੀਂ ਲੱਗਦਾ ਬਹੁਤਾ। ਬਿਲਕੁਲ। ਅਤੇ ਜਦੋਂ ਪਿੱਛੇ ਗੱਡੀਆਂ ਬਚ ਗਈਆਂ, ਉਹਨਾਂ ਨੇ ਦੋਨੇ ਪਾਸਿਆਂ ਤੋਂ ਫਾਇਰ ਖੋਲ੍ਹਤਾ। ਫਾਇਰ ਖੋਲ੍ਹਣ ਤੋਂ ਬਾਅਦ ਫਿਰ ਸਾਡੇ ਉੱਥੇ 13 ਸਿੰਘ ਸ਼ਹੀਦ ਹੋ ਗਏ ਅਤੇ 26 ਜ਼ਖਮੀ ਹੋ ਗਏ। ਯਾਨੀ ਕਿ ਉਹਨਾਂ ਨੂੰ ਪਤਾ ਲੱਗ ਚੁੱਕਾ ਸੀ ਕਿ ਜਿਹੜੇ ਸਾਡੇ ਸਿੱਖ ਫੌਜੀ ਸਿੱਖ ਪਲਟਨ ਵਿੱਚੋਂ ਗਏ ਨੇ ਉਹ ਇਸ ਤਰ੍ਹਾਂ ਹੀ ਕੁਛ ਕਰ ਰਹੇ ਨੇ ਦਰਬਾਰ ਸਾਹਿਬ। ਹਾਂਜੀ। ਅਤੇ ਸਾਨੂੰ ਜਿਹੜੀ ਅੱਗੇ ਕਾਨਵੇ ਜਾ ਰਹੀ ਸੀਗੀ, ਅਗਲੀ ਗੱਡੀ ਨੂੰ ਕੋਈ ਨਹੀਂ ਪਤਾ ਸੀ ਵੀ ਪਿੱਛੇ ਕੀ ਹੋ ਰਿਹਾ ਜਾਂ ਪਿੱਛੇ ਕੀ ਨਹੀਂ ਹੋ ਰਿਹਾ। ਜੇ ਹੋ ਸਕਦਾ ਵੀ ਸਾਨੂੰ ਪਤਾ ਲੱਗ ਜਾਂਦਾ ਸਾਡਾ ਮੁਕਾਬਲਾ ਉੱਥੇ ਹੀ ਹੋ ਜਾਂਦਾ, ਹੋ ਸਕਦਾ ਵੀ ਅਸੀਂ ਉੱਥੇ ਸ਼ਹੀਦੀਆਂ ਪਾ ਜਾਂਦੇ। ਪਰ ਜਦੋਂ ਅਸੀਂ ਪਲਟਨ ਤੋਂ ਤੁਰਨ ਤੋਂ ਪਹਿਲਾਂ ਅਸੀਂ ਇਹ ਬੰਦਿਆਂ ਨੂੰ ਵੀ ਜਿਹੜਾ ਬੰਦੇ ਨੇ ਪਲਟਨ ਤੋਂ ਬਾਹਰ ਕਦਮ ਪੁੱਟਣਾ ਉਹ ਇਹ ਜਿਉਂਦਾ ਨਹੀਂ ਬਚ ਕੇ ਆਉਂਦਾ। ਕਈ ਬੰਦੇ ਕਹਿੰਦੇ ਵੀ ਸਾਡੀ ਭੈਣ ਦਾ ਵਿਆਹ ਜਾਂ ਮੇਰਾ ਖੁਦ ਦਾ ਵਿਆਹ ਜਾਂ ਮੈਂ ਵਿਆਹ 'ਚ ਚੱਲਿਆ, ਵੀ ਉਹ ਕਹਿੰਦੇ ਸੀਗੇ ਵੀ ਅਸੀਂ ਉਹਨਾਂ ਨੂੰ ਪੈਸਾ ਟਕਾ ਜਾਂ ਜੋ ਵੀ ਹੈਗਾ ਸੀਗਾ ਉਹਨੂੰ ਹਵਾਲੇ ਕਰੇ ਸੀਗੇ। ਪਰ ਜਦੋਂ ਐਕਸ਼ਨ ਹੋਇਆ ਉਹ ਬੰਦੇ ਸਾਡੇ ਨਾਲੋਂ ਵੀ ਪਹਿਲਾਂ ਤਿਆਰ ਹੋ ਗਏ, ਗੱਡੀਆਂ ਦੇ ਵਿੱਚ ਬੈਠ ਗਏ। ਕੀ ਬਾਤ! ਉਹ ਬੰਦੇ ਜਿਹੜੇ ਬੰਦੇ ਕਹਿੰਦੇ ਪੰਥਲੀ ਚੋਣਾਂ ਜਿਹੜੇ ਬੰਦੇ ਕਹਿੰਦੇ ਅਸੀਂ ਨਹੀਂ ਜਾਣਾ ਹੈਗਾ ਕਿ ਉਹ ਅੱਗੇ ਸਿੱਖਦੀ ਸੀਗੀ। ਬਿਲਕੁਲ। ਸਾਨੂੰ ਪਤਾ ਸੀਗਾ ਇਸ ਗੱਲ ਦਾ ਵੀ ਪਹਿਲੀ ਗੱਲ ਤਾਂ ਅਸੀਂ ਮੁਕਾਬਲੇ 'ਚ ਮਰ ਜਾਣਾ, ਜੇ ਨਹੀਂ ਮਰ ਜਾਣਾ ਤਾਂ ਸਾਨੂੰ ਸਰਕਾਰ ਨੇ ਮਾਰ ਦੇਣਾ। ਯਾਨੀ ਕਿ ਤੁਹਾਨੂੰ ਉੱਥੇ ਰੋਕ ਲੈ ਗਿਆ, ਤੁਹਾਨੂੰ ਉੱਥੇ ਫਿਰ ਗ੍ਰਿਫਤਾਰੀਆਂ ਤੁਹਾਡੀਆਂ? ਉਸ ਤੋਂ ਬਾਅਦ ਜੀ ਫਿਰ ਇੱਕ ਮਤਲਬ ਕਿ ਸਾਡੀ ਇੱਕ ਗੱਡੀ ਹੁੰਦੀ ਹੈ ਉਹ 'ਚ RCL ਗੱਲਾਂ ਸਾਡੀ ਲੱਦੀਆਂ ਹੋ ਜਾਗੀਆਂ। ਉਹ ਘੱਟੋ ਘੱਟ ਵੀ 30-35 ਕਿਲੋਮੀਟਰ ਦੂਰ ਇੱਕ ਦਾ ਟਾਇਰ ਪੈਂਚਰ ਹੋ ਗਿਆ, ਬਗੈਰ ਟਾਇਰ ਟੂਬ ਤੋਂ 30-35 ਕਿਲੋਮੀਟਰ ਸਫ਼ਰ ਕੀਤਾ ਸੜਕ 'ਤੇ। ਚੰਗਿਆੜੇ ਨਿਕਲੇ ਜਦੋਂ ਕਿਸੇ ਨੂੰ ਪਤਾ ਲੱਗਿਆ ਵੀ ਚੰਗਿਆੜੇ ਕੀ ਨਿਕਲ ਰਹੇ ਹੈ। ਪਰ ਜਦੋਂ ਸਾਨੂੰ ਅਸੀਂ ਦੇਖਿਆ ਨਾ ਉਹਦਾ ਟਾਇਰ ਅਤੇ ਨਾ ਟੂਬ, ਸਾਨੂੰ ਪਤਾ ਲੱਗਿਆ ਵੀ ਇਹਦਾ ਟਾਇਰ ਟੂਬ ਦਾ ਘੱਟੋ ਘੱਟ 35 ਕਿਲੋਮੀਟਰ ਪਿੱਛੇ ਪਿਆ। ਅਸੀਂ ਉਹੀ ਗੱਡੀ ਚੱਕ ਕੇ ਇੱਕ ਟਰੱਕ ਦੇ ਵਿੱਚ ਸ਼ਿਫਟ ਕਰਤੀ ਕਿ ਉਹਦੇ ਵਿੱਚ RCL ਲੱਗਣ ਲੱਦੀ ਹੋ ਸੀਗੀ ਜੀ। ਅਤੇ ਜਦੋਂ ਉੱਥੇ ਤੁਸੀਂ ਸਾਰੀ ਇਹ ਕਾਰਵਾਈ ਕੀਤੀ, ਹਾਂਜੀ, ਜਿਹੜੇ ਤੁਹਾਡੇ ਫੌਜੀ ਜਿਹਨਾਂ ਤੁਹਾਨੂੰ ਰੋਕਿਆ ਸੀਗਾ, ਜਿਹੜੇ ਭਾਰਤੀ ਫੌਜ ਦੇ ਹੋਰ ਦੂਜੇ ਮੁਲਾਜ਼ਮ ਦੂਜੇ ਫੌਜਾਂ ਦੇ, ਇੱਥੇ ਆਪਸ ਵਿੱਚ ਤੁਸੀਂ ਕਿਵੇਂ ਮੁੱਠਭੇੜ ਕੀਤੀ ਜਾਂ ਕਿਵੇਂ ਤੁਹਾਡੀ ਗ੍ਰਿਫਤਾਰੀਆਂ? ਇਹ ਫਿਰ ਸਾਡੀਆਂ ਮਤਲਬ ਕਿ ਜਿਸ ਤਰ੍ਹਾਂ ਅਸੀਂ ਸਵੇਰੇ ਸਵੇਰੇ ਇੱਕ ਪਿੰਡ 'ਚ ਪਹੁੰਚੇ, ਸਵੇਰੇ ਸਵੇਰੇ ਲਗਭਗ 6 ਜਾਂ 7 ਵਜੇ ਦੇ ਵਿੱਚ ਜਦੋਂ GT ਰੋਡ ਇਹਨਾਂ ਨੇ ਬਲੌਕ ਕਰਤੇ। ਬਿਲਕੁਲ। ਅਸੀਂ ਪਿੰਡਾਂ ਸਾਣੀ ਕਦੇ 50 ਕਿਲੋਮੀਟਰ ਅੱਗੇ ਨਿਕਲ ਗਏ, ਕਦੇ ਪਿੱਛੇ ਆ ਗਏ, ਕਦੇ ਟੇਢੇ, ਕਦੇ ਜਿਸ ਤਰ੍ਹਾਂ ਘੁੰਮਦੇ ਘੁੰਮਾਉਂਦੇ। ਸਾਨੂੰ ਜਦੋਂ ਰਾਤ ਸਾਡੀ 3 ਲੰਘ ਗਈ ਅਤੇ ਜਦੋਂ ਅਸੀਂ ਸਵੇਰੇ ਸਵੇਰੇ ਪਹੁੰਚੇ, ਕਈਆਂ ਦੇ ਵਰਦੀਆਂ ਪਾਈਆਂ ਸੀ, ਕਈਆਂ ਦੇ ਪ੍ਰਾਈਵੇਟ ਕੱਪੜੇ ਪਾਏ ਸੀਗੇ, ਕਈਆਂ ਦੇ ਮਤਲਬ ਕਿ ਲੂੰਗੀ ਜਾਂ ਵੀ ਹਾਲਤ ਕੁਛ ਹੋਰ ਸੀਗੀ, ਜਿੱਦਾਂ ਸੁੱਤੇ ਪਏ ਬੰਦੇ ਸੀਗੇ, ਸਿੱਟੀ ਹਾਲਤ ਸੀਗੇ, ਸੁੱਤਾ ਪਿਆ ਜਿਵੇਂ ਸੀਗਾ ਸੁੱਤਾ ਪਿਆ, ਰਾਤ ਨੂੰ 12 ਵਜੇ ਉਹ ਤਰ੍ਹਾਂ ਹੀ ਉੱਠ ਖੜਿਆ। ਸਾਡੀ ਉਹਨਾਂ ਦੇ ਵਿੱਚ ਇੱਕ ਇਹ ਸੀਗਾ ਵੀ ਉਹਨਾਂ ਦਿਨਾਂ 'ਚ ਇੱਕ ਲੜਾਈ ਦੇ ਚਾਂਸ ਸੀਗੇ, ਸਾਨੂੰ ਸਾਡੀ ਪਲਟਨ ਨੂੰ ਮੂਵਮੈਂਟ ਕਰਨ ਦੇ ਆਰਡਰ ਮਿਲੇ ਹੋ ਸੀਗੇ ਵੀ ਕਿਸੇ ਵੀ ਟਾਈਮ ਤੁਹਾਨੂੰ ਬਿਲਕੁਲ ਤਿਆਰ ਪਰ ਤਿਆਰ ਰਹਿਣਾ। ਕਈ ਲੋਕਾਂ ਨੂੰ ਹੋ ਸਕਦਾ ਇਹੀ ਹੋਵੇ ਵੀ ਸਾਥ ਲੜਾਈ ਹੋ ਲੱਗ ਗਈ ਕਿਸੇ ਲੜਾਈ ਲੱਗ ਗਈ, ਕੋਈ ਸਾਰਿਆਂ ਨੂੰ ਤਾਂ ਇਸ ਗੱਲ ਦਾ ਹਰਕਤ ਤਾਂ ਨਹੀਂ ਪਤਾ ਸੀਗਾ। ਯਾਨੀ ਕਿ ਉੱਥੋਂ ਵੀ ਤੁਹਾਡੀ ਗ੍ਰਿਫਤਾਰੀ? ਸਾਡੀ ਫਿਰ ਅਸੀਂ ਜੀ ਘੁੰਮਦੇ ਘੁੰਮਾਉਂਦੇ ਇੱਕ ਸਾਨੂੰ ਸਾਈਕਲ 'ਤੇ, ਤੁਹਾਨੂੰ ਪਿਛਲੀ ਦਫ਼ਾ ਵੀ ਅਸੀਂ ਦੱਸਿਆ ਸੀਗਾ ਗ੍ਰਿਫਤਾਰੀ, ਅਤੇ ਸਾਡੇ ਅਸੀਂ ਕੋਟ ਸੁਖੀਆ ਪਹੁੰਚ ਗਏ ਜੀ, ਪਿੰਡ ਕੋਟ ਸੁਖੀਆ, ਪਿੰਡਾਂ 'ਚ ਘੁੰਮਦੇ ਘੁੰਮਾਉਂਦੇ ਉੱਥੇ ਵੀ ਗ੍ਰਿਫਤਾਰੀ, ਉੱਥੇ ਸਾਡੀ ਫਿਰ ਮਤਲਬ ਕਿ ਵੀ ਯਾਨੀ ਕਿਤੇ ਨਾ ਕਿਤੇ ਪੰਥ ਨੂੰ ਸਮਰਪਿਤ ਤੁਸੀਂ ਆਪਣਾ ਆਪ ਕੁਰਬਾਨ ਕਰਤੇ। ਯਾਨੀ ਕਿ ਸ਼ਹੀਦੀ ਦੇਣ ਵਾਸਤੇ ਤੁਸੀਂ ਆਪਣੀ ਪਲਟਨ ਚੱਲੇ ਸੀ, ਅੱਗੇ ਸ਼ਹੀਦੀ ਹੈ, ਸ਼ਹੀਦੀ ਜਾਂ ਪਿੰਡ, ਇਹ ਤਾਂ ਸਾਨੂੰ ਪਤਾ ਸੀਗਾ ਵੀ ਅੱਗੇ ਸ਼ਹੀਦੀ ਹੈ ਜੀ, ਵੀ ਅਸੀਂ ਪਹਿਲੀ ਗੱਲ ਤਾਂ ਮੁਕਾਬਲੇ 'ਚ ਮਰ ਜਾਵਾਂਗੇ ਜੇ ਬਚ ਵੀ ਗਏ ਤਾਂ ਸਾਨੂੰ ਸਰਕਾਰ ਨੇ ਮਾਰ। ਕਿੰਨਾ ਸਮਾਂ ਤੁਸੀਂ ਗ੍ਰਿਫਤਾਰ ਰਹੇ? ਅਸੀਂ ਲਗਭਗ ਉੱਥੇ ਕੈਂਪ ਦੇ ਵਿੱਚ ਜੀ 2 ਸਾਲ ਰਹੇ ਜੀ। ਕੀ ਤੁਹਾਨੂੰ ਭਾਰਤੀ ਫੌਜ ਨੇ ਉਸੇ ਤਰ੍ਹਾਂ ਟ੍ਰੀਟਮੈਂਟ ਦਿੱਤਾ ਜਿਸ ਤਰ੍ਹਾਂ ਬਾਕੀ ਕੈਦੀਆਂ ਨੂੰ ਦਿੱਤਾ ਜਾਂਦਾ ਹੈ? ਸਾਨੂੰ ਫੌਜੀ ਸੀਗੇ ਇੱਕ ਤਰ੍ਹਾਂ ਦੇ। ਦੇਖੋ ਜੀ, ਜਦੋਂ ਸਾਨੂੰ ਉੱਥੇ ਸੂਰਤਗੜ੍ਹ ਲੈ ਕੇ, ਸਾਡੇ ਨਾਲ ਵੀ ਆਰਫੇ ਫੌਜ ਵਾਲੇ ਕੀਤਾ, ਜਦੋਂ ਜੀ ਸਾਨੂੰ ਇਹ ਸੂਰਤਗੜ੍ਹ ਲੈ ਕੇ ਗਏ ਰੈਸਟ ਕਰਕੇ, ਸਾਡੇ ਕੋਲ ਜੋ ਅਸੀਂ ਲਿਸਟਾਂ ਬਣਾਤੀਆਂ ਉਹਨਾਂ ਕੋਲ ਜੋ ਵੀ ਅਸਲਾ ਸੀਗਾ ਸਾਡਾ, ਮਤਲਬ ਕਿ ਬੰਦੂਕਾਂ ਲਾ ਲਓ, ਰਫਲਾਂ ਲਾ ਲਓ, ਬੰਬ ਲਾ ਲਓ, ਜੋ ਵੀ ਸੀਗਾ ਸਾਡੇ ਕੋਲ ਬਰੂਦ ਸੀਗਾ ਉਹ ਸਾਰਾ ਉਹਨਾਂ ਦੇ ਹਵਾਲੇ ਕਰਕੇ, ਜਮ੍ਹਾਂ ਕਰਕੇ ਸਾਨੂੰ ਉਹ ਗੱਡੀਆਂ 'ਚ ਬਿਠਾ ਕੇ ਕੋਟ ਸੁਖੀਆਂ ਤੋਂ। ਕੋਟ ਸੁਖੀਆਂ ਦੀ ਗੱਲ ਵੀ ਮੈਂ ਤੁਹਾਨੂੰ ਇੱਕ ਧਿਆਨ 'ਚ ਲਿਆਵਾਂ, ਕੋਟ ਸੁਖੀਆ ਇੱਕ ਗੁਰਦੁਆਰਾ ਜਾਂ ਇੱਕ ਡੇਰਾ ਲਾ ਲਓ, ਘੱਟ ਤੋਂ ਘੱਟ 500 ਗਊ ਸੀਗੀ ਜੀ। ਸਾਡੇ ਮਗਰ 9 ਪਲਟਣਾਂ ਦਾ ਘੇਰਾ ਸੀਗਾ ਸ਼ੈੱਡਾਂ 'ਤੇ, ਅਸੀਂ 9 ਪਲਟਣਾਂ ਦੇ ਵਿੱਚ ਨੂੰ
ਤੇ ਉੱਥੇ ਜਦੋਂ ਸਾਨੂੰ ਕੋਟ ਸੁਖਿਆ ਪਿੰਡ ਪਹੁੰਚੇ ਉੱਥੇ ਸੰਤ ਸੀਗੇ ਇੱਕ ਸੰਤਾਂ ਨੇ ਕਿਹਾ ਵੀ ਪਹਿਲਾਂ ਮੈਂ ਤੁਹਾਨੂੰ ਜਾਂ ਤਾਂ ਖੀਰ ਸੁਕਾਵਾਂਗਾ ਜਾਂ ਤੁਹਾਨੂੰ ਦੁੱਧ ਸੁਕਾਵਾਂਗਾ ਤੁਸੀਂ ਥੋੜ੍ਹਾ ਚਿਰ ਰੁਕੋ ਇੱਥੇ ਮੈਂ ਫਟਾਫਟ ਧਾਰਾਂ ਕੱਢ ਕੇ ਸਾਨੂੰ ਕੁਛ ਨਾ ਕੁਛ ਸੁਕਾ ਕੇ ਫਿਰ ਭੇਜਾਂਗਾ ਇੰਨੇ ਚਿਰ ਨੂੰ ਅਸੀਂ ਪੜਾਉ ਕੀਤਾ ਅਤੇ ਇੰਨੇ ਚਿਰ ਨੂੰ ਪਿੰਡ ਦੇ ਆਲੇ ਦੁਆਲੇ ਘੇਰਾ ਪੈ ਗਿਆ ਘੇਰੇ ਦੇ ਵਿੱਚ ਅਸੀਂ ਵੀ ਮੋਰਚੇ ਲਾ ਲਏ ਉਹਨਾਂ ਨੇ ਵੀ ਮੋਰਚੇ ਲਾ ਲਏ ਪਰ ਗੋਲੀ ਨਾ ਉਹਨਾਂ ਵੱਲੋਂ ਚੱਲੀ ਨਾ ਉਹਨਾਂ ਵੱਲੋਂ ਚੱਲੀ ਨਾ ਸਾਡੇ ਵੱਲੋਂ ਚੱਲੀ ਦੋ ਘੰਟੇ ਇੱਥੇ ਬੈਠੇ ਰਹੇ ਫਿਰ ਉਹ ਜਿਹੜਾ ਮੁਖੀ ਸੀਗਾ ਨੌ ਪਲਟਣ ਦਾ ਜੀ ਉਹਨੇ ਜਿਹੜੇ ਪਿੱਤਰ ਪਿੰਡ ਦੇ ਸਰਪੰਚ ਲਾ ਲਓ ਲੰਬਰਦਾਰ ਲਾ ਲਓ ਇਹਨਾਂ ਦੇ ਨਾਲ ਮਤਲਬ ਕਿ ਰਾਬਤਾ ਕਾਇਮ ਕਰਕੇ ਫਿਰ ਉਹ ਸਾਡਾ ਸਮਝੌਤਾ ਹੋਇਆ ਉਸੇ 'ਚ ਲੈ ਕੇ ਫਿਰ ਗ੍ਰਿਫਤਾਰੀ ਮਲਕੀ ਸਿੰਘ ਇਹ ਤਾਂ ਵੀ ਬਾਬੂ ਸਿੰਘ ਜੀ ਦੀ ਕਹਾਣੀ ਜਿਵੇਂ ਇਹਨਾਂ ਨੇ ਪਲਟਣ ਛੱਡੀ ਅਤੇ ਭਾਰਤੀ ਫੌਜੀਆਂ ਨੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਰੱਖਿਆ ਗਿਆ ਸੁੱਟਗੜ੍ਹ ਵਿੱਚ ਕੀ ਤੁਹਾਡੇ ਨਾਲ ਵੀ ਇਸ ਤਰ੍ਹਾਂ ਦਾ ਕੁਝ ਵਾਪਰਿਆ ਜਾਂ ਵੀ ਤੁਸੀਂ ਕਿਤੇ ਹੋਰ ਪਲਟਣ ਦੇ ਵਿੱਚ ਮੌਜੂਦ ਸੀਗੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਕਿ ਬਾਬੂ ਸਿੰਘ ਨੇ ਦੱਸਿਆ ਹੈ ਕਿ ਇਸੇ ਤਰ੍ਹਾਂ ਨਿਊਜ਼ ਮੇਰੀ ਯੂਨਿਟ 196 ਫੀਲਡ ਰੈਜੀਮੈਂਟ ਆਰਟੀ ਸੀ ਅਤੇ ਅਸੀਂ ਚਾਈਨਾ ਦੇ ਬਾਰਡਰ 'ਤੇ ਸੀ ਅਤੇ ਇਸੇ ਤਰ੍ਹਾਂ ਹੀ ਨਿਊਜ਼ ਸਾਨੂੰ ਵੀ BBC ਲੰਡਨ ਤੋਂ ਪ੍ਰਾਪਤ ਹੋਈ ਸਾਡੀ ਐਤਵਾਰ ਦਾ ਦਿਨ ਸੀ ਸਾਡੀ ਪਲਟਨ ਗੁਰਦੁਆਰਾ ਸਾਹਿਬ ਇਕੱਤਰ ਹੋਈ ਔਰ ਅਸੀਂ ਵੀ ਇਸ ਗੱਲ ਦਾ ਬਹੁਤ ਭਾਰੀ ਦੁੱਖ ਮਨਾਇਆ ਕਿ ਸਾਡੇ ਇਸ਼ਟ ਉੱਤੇ ਜਿਸ ਦੀਆਂ ਅਸੀਂ ਸਹੁੰਆਂ ਖਾ ਕੇ ਅੱਜ ਬਾਰਡਰਾਂ ਉੱਤੇ ਧੱਕੇ ਖਾ ਰਹੇ ਹਾਂ ਵੀ ਸਾਡੇ ਉਸੇ ਇਸ਼ਟ ਨੂੰ ਬਰਬਾਦ ਕਰਨ ਵਾਸਤੇ ਅੱਜ ਸਾਡੀ ਭਾਰਤੀ ਫੌਜ ਨੇ ਜਿਹੜਾ ਹਮਲਾ ਕਰ ਦਿੱਤਾ ਇਸ ਦਾ ਬਹੁਤ ਹੀ ਜ਼ਿਆਦਾ ਅਸੀਂ ਦੁੱਖ ਮਨਾਇਆ ਔਰ ਗੁਰਦੁਆਰਾ ਸਾਹਿਬ ਦੇ ਵਿੱਚ ਉੱਥੇ ਆਮ ਕਰਕੇ ਆਪਾਂ ਜਾਣਦੇ ਹੀ ਹਾਂ ਕਿ ਜਿੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਪ੍ਰਕਾਸ਼ ਹੁੰਦੇ ਨੇ ਉੱਥੇ ਸ੍ਰੀ ਸਾਹਿਬ ਪਏ ਹੁੰਦੇ ਨੇ ਬਿਲਕੁਲ ਅਤੇ ਉਹਨਾਂ ਦੋਨਾਂ ਸ੍ਰੀ ਸਾਹਿਬਾਂ ਵਿੱਚੋਂ ਦੋਨੇ ਸ੍ਰੀ ਸਾਹਿਬ ਕੁਦਰਤੀ ਕਹਿ ਲਓ ਕਿ ਗੁਰੂ ਨੇ ਇੱਕ ਹੁਲਾਰਾ ਦਿੱਤਾ ਕਿ ਉਹਨਾਂ ਦੋਨਾਂ ਸ੍ਰੀ ਸਾਹਿਬ ਸਨ ਜਿਹੜੇ ਉਹ ਦਾਸ ਦੇ ਹੱਥ ਵਿੱਚ ਸਨ ਅਤੇ ਮੈਂ ਆਪਣੀ ਯੂਨਿਟ ਦੇ ਗੁਰਦੁਆਰਾ ਸਾਹਿਬ ਦੇ ਕੀਰਤਨ ਦੀਵਾਨ ਦੇ ਵਿੱਚ ਇਹ ਗੱਲ ਲਲਕਾਰ ਕੇ ਕਹਿ ਰਿਹਾ ਸਾਂ ਕਿ ਅੱਜ ਸਾਡੀ ਕੌਮ ਉੱਤੇ ਸਾਡੀ ਸਰਕਾਰ ਨੇ ਹੀ ਬਹੁਤ ਭਾਰੀ ਜ਼ੁਲਮ ਕੀਤਾ ਔਰ ਇਸ ਜ਼ੁਲਮ ਦਾ ਗੁਰੂ ਦੇ ਸਿੱਖੋ ਆਪਾਂ ਮੁਕਾਬਲਾ ਕਰੀਏ ਕੋਈ ਹਿੱਲਾ ਬਣਾਈਏ ਤਾਂ ਕਿ ਸਰਕਾਰ ਨੂੰ ਕਿਸੇ ਤਰ੍ਹਾਂ ਵੀ ਕੋਈ ਪ੍ਰੋਟੈਸਟ ਸਾਡਾ ਜਿਹੜਾ ਉਹ ਨਜ਼ਰ ਆਵੇ ਕਿ ਸਿੱਖਾਂ ਨੇ ਇਸ ਦਾ ਗੱਲ ਦਾ ਬਹੁਤ ਭਾਰੀ ਦੁੱਖ ਮਨਾਇਆ ਮੇਰੀ ਇੰਨੀ ਲੈਕਚਰ ਦੇ ਉੱਤੇ ਸਾਰੀ ਯੂਨਿਟ ਜਿਹੜੀ ਇੱਕਮਤ ਹੋ ਗਈ ਕਿਉਂਕਿ ਮੈਂ ਇੱਕ ਨਵਾਂ ਸਿਪਾਹੀ ਸਾਂ ਅਤੇ ਪੁਰਾਣੇ ਬੰਦੇ ਸਨ ਜਿਹੜੇ ਉਹ ਉੱਠ ਕੇ ਮੈਨੂੰ ਸਮਝਾਉਣ ਲੱਗੇ ਪਰ ਗੁਰੂ ਨੇ ਇਹੋ ਜਿਹੀ ਕਿਰਪਾ ਕੀਤੀ ਕਿ ਸਾਰੀ ਯੂਨਿਟ ਸੀ ਜਿਹੜੀ ਉਹ ਦਾਸ ਦੇ ਕਹਿਣੇ ਦੇ ਉੱਤੇ ਹੀ ਗੁਰਦੁਆਰਾ ਸਾਹਿਬ ਦੇ ਵਿੱਚ ਹੀ ਉਹਨਾਂ ਨੇ ਉਸੇ ਟਾਈਮ ਇਹ ਫੈਸਲਾ ਲੈ ਲਿਆ ਕਿ ਅਸੀਂ ਗੌਰਮੈਂਟ ਦੇ ਨਾਲ ਹੁਣ ਮੁਕਾਬਲਾ ਨਹੀਂ ਕਰਨ ਜਾਵਾਂਗੇ ਪਰ ਅਸੀਂ ਇੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਅਖੰਡ ਪਾਠ ਕਰਕੇ ਅੱਜ ਤੋਂ ਬਾਅਦ ਗੌਰਮੈਂਟ ਦੀਆਂ ਡਿਊਟੀਆਂ ਦਾ ਸਾਰੀਆਂ ਦਾ ਅਸੀਂ ਬਾਈਕਾਟ ਕਰਾਂਗੇ ਅੱਜ ਤੋਂ ਬਾਅਦ ਅਸੀਂ ਕੋਈ ਵੀ ਸਰਕਾਰੀ ਕੰਮ ਨਹੀਂ ਕਰਾਂਗੇ ਚਾਹੇ ਬੇਸ਼ੱਕ ਸਾਨੂੰ ਸੁੱਕੇ ਘਰ ਤੋੜ ਦੇਵੇ ਇਹ ਮੇਰੀ ਯੂਨਿਟ ਦੇ ਵਿੱਚ ਪ੍ਰੋਟੈਸਟ ਹੋਇਆ ਜਿਹੜਾ ਜਿਸ ਦੇ ਵਿੱਚ ਦਾਸ ਦਾ ਇੰਨਾ ਕੁ ਰੋਲ ਸੀ ਯਾਨੀ ਕਿਤੇ ਨਾ ਕਿਤੇ ਚਾਈਨਾ ਬਾਰਡਰ 'ਤੇ ਬੈਠ ਕੇ ਵੀ ਤੁਸੀਂ ਪੰਥ ਦੇ ਲਈ ਇਹ ਹਮੇਸ਼ਾ ਤਤਪਰ ਰਹਿਣ ਦੀ ਗੱਲ ਕੀਤੀ ਹਾਂਜੀ ਸਾਨੂੰ ਉਸ ਸਮੇਂ ਸਿਰਫ ਅਤੇ ਸਿਰਫ ਇੱਕ ਹੀ ਗੱਲ ਨਜ਼ਰ ਆਉਂਦੀ ਸੀ ਕਿ ਸਾਡੇ ਪੰਜਾਬ ਦੇ ਵਿੱਚ ਸਾਡੇ ਬੱਚਿਆਂ ਉੱਤੇ ਅਤੇ ਸਾਡੇ ਸਿੱਖੀ ਦੇ ਮੁੱਖ ਧੁਰੇ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਉੱਤੇ ਜੋ ਇਹ ਬੇਅਦਬ ਸਰਕਾਰ ਨੇ ਜੋ ਮੋਰਚਾ ਕੀਤਾ ਇਸ 'ਤੇ ਜੋ ਇਹ ਐਲਾਨ ਕੀਤਾ ਇਸ ਦੀ ਬਰਬਾਦੀ ਦਾ ਜੋ ਕੰਮ ਕੀਤਾ ਇਹ ਬਹੁਤ ਮੰਦਭਾਗਾ ਔਰ ਸਾਨੂੰ ਆਪਣੇ ਪਰਿਵਾਰ ਨਾਲ ਆਪਣੇ ਬੱਚਿਆਂ ਦੇ ਨਾਲ ਇਹ ਜਿਹੜੀ ਹਮਦਰਦੀ ਹੈ ਜਿਹੜੀ ਅਤੇ ਇਹ ਪ੍ਰੋਟੈਸਟ ਹੈ ਜਿਹੜਾ ਸਰਕਾਰ ਤੱਕ ਪਹੁੰਚਾਉਣ ਦਾ ਕਿਸੇ ਨਾ ਕਿਸੇ ਤਰੀਕੇ ਨਾਲ ਹੀਲਾ ਕਰਨਾ ਚਾਹੀਦਾ ਕਿਸ ਤਰ੍ਹਾਂ ਤੁਸੀਂ ਇਹ ਉੱਥੇ ਪ੍ਰਬੰਧ ਕੀਤਾ ਵੀ ਅੱਜ ਤੋਂ ਬਾਅਦ ਸਾਰੀਆਂ ਲਿਖਤਾਂ ਦਾ ਬਾਈਕਾਟ ਅੱਜ ਤੋਂ ਬਾਅਦ ਸਾਰੇ ਸਰਕਾਰੀ ਕੰਮਾਂ ਦਾ ਬਾਈਕਾਟ ਫਿਰ ਜਦੋਂ ਸਭ ਕੁਝ ਬਾਈਕਾਟ ਕਰ ਦਿੱਤਾ ਫਿਰ ਕਿਸ ਤਰ੍ਹਾਂ ਦਾ ਤੁਹਾਡੇ ਬ੍ਰਿਗੇਡੀਅਰ ਜਾਂ ਤੁਹਾਡੇ ਉੱਚੇ ਅਹੁਦੇ ਦੇ ਅਫਸਰ ਬੈਠੇ ਨੇ ਕਿਸ ਤਰ੍ਹਾਂ ਤੁਹਾਡੇ ਨਾਲ ਵਤੀਰਾ ਕੀਤਾ ਫਿਰ ਹਾਂਜੀ ਜਦੋਂ ਅਸੀਂ ਇਸ ਗੱਲ ਦਾ ਬਾਈਕਾਟ ਕੀਤਾ ਜਦੋਂ ਦਾਸ ਦੀਆਂ ਸ੍ਰੀ ਸਾਹਿਬਾਂ ਨੇ ਜਿਹੜੀਆਂ ਉਹ ਉਹਨਾਂ ਨੇ ਮੇਰੇ ਸੀਨੀਅਰਸ ਨੇ ਮੇਰੇ ਹੱਥੋਂ ਲੈ ਕੇ ਗੁਰੂ ਸਾਹਿਬ ਦੇ ਅੱਗੇ ਰੱਖ ਕੇ ਅਤੇ ਅਸੀਂ ਅਖੰਡ ਪਾਠ ਸਾਹਿਬ ਰੱਖ ਲਿਆ ਉਸ ਤੋਂ ਬਾਅਦ ਸਾਡੇ ਬ੍ਰਿਗੇਡੀਅਰ ਸਾਹਿਬ ਨੇ ਆ ਕੇ ਦੂਸਰੇ ਦਿਨ ਜਿੱਦਾਂ ਅਸੀਂ ਅਖੰਡ ਪਾਠ ਸਾਹਿਬ ਮੱਧ ਦਾ ਭੋਗ ਪਾਇਆ ਉਹਨਾਂ ਸਾਡਾ ਦਰਬਾਰ ਲਿਆ ਅਤੇ ਸਾਨੂੰ ਬਹੁਤ ਹੀ ਉਹਨਾਂ ਨੇ ਸੋਸ਼ਲ ਕੀਤਾ ਕਿ ਨਹੀਂ ਨਹੀਂ ਤੁਸੀਂ ਐਵੇਂ ਭਕਾਵੇ ਵਿੱਚ ਹੋ ਉੱਥੇ ਬਹੁਤ ਅਲੱਗ ਤਰ੍ਹਾਂ ਦਾ ਕਰਮ ਹੋ ਰਿਹਾ ਸੀ ਜਿਸ ਨੂੰ ਕੰਟਰੋਲ ਕਰਨ ਵਾਸਤੇ ਸਰਕਾਰ ਨੂੰ ਇਹ ਕੰਮ ਕਰਨਾ ਪਿਆ ਅਸੀਂ ਦਰਬਾਰ ਸਾਹਿਬ ਦੀਆਂ ਉਹਨਾਂ ਨੇ ਸਾਡੇ ਸਾਹਮਣੇ ਉਸੇ ਟਾਈਮ ਪਤਾ ਨਹੀਂ ਕਿਸ ਤਰੀਕੇ ਨਾਲ ਫੋਟੋਆਂ ਮੰਗਾਈਆਂ ਸਾਡੇ ਸਾਹਮਣੇ ਉਹਨਾਂ ਨੇ ਪੇਸ਼ ਕੀਤੀਆਂ ਵੇਖੋ ਦਰਬਾਰ ਸਾਹਿਬ ਬਿਲਕੁਲ ਸੁਰੱਖਿਅਤ ਹੈ ਕਿਸੇ ਤਰ੍ਹਾਂ ਦਾ ਕੋਈ ਉਹਦੇ ਉੱਤੇ ਉਹਦਾ ਕੋਈ ਨੁਕਸਾਨ ਨਹੀਂ ਕੀਤਾ ਹੈਗਾ
ते तुसी बिल्कुल तुसी अपनी भावना तुसी अपनी ड्यूटियां ज्वाइन कर लो, असी तुहाडे ते कोई कार्रवाई नहीं करांगे। पर वो सारे उन्होंने थोथे वादे निकले, तीसरे दिन उन्होंने सानू गिरफ्तार करके थले पीस दे विच, क्योंकि असी हाई एल्टीट्यूड ते सी, ते सानू पीस दे विच लिया के सानू गिरफ्तार करके बकायदा जिवें बाकी दे सारे जिवें रामगढ़ रांची सेंटर तो फौजी चले सन, गंगानगर वाले चले सन, सहजे सहजे सारिआं नू सानू इकट्ठे करना शुरू करके एक जगह बैरकां दे विच लिजाने शुरू करते। कई महीने फिर साढ़े ते इन्होंने इंटरोगेशन केस चलाए, और केस चलाने तो बाद फिर सानू इन्हां लंबीआं सजावां दित्तीआं जिन्हां विच दास नू भी 2 साल की सज़ा हुई, सिकंदराबाद जेल दे विच दास सज़ा कट के वापस आया। परंतु जो फौजी कार्रवाई सी श्री हरिमंदर साहब ते कीती भारत सरकार ने, पूरा जग जाहर है, पूरे विश्व नू पता लग गया, फिर कदी तुहाडा वास्ता नहीं पिया उन्हां ब्रिगेडियर नाल उन्हां अफसरां दे नाल वी आ देखो दरबार साहब की होया? नहीं, असी बिल्कुल फौज नालों टुट गए सां, क्योंकि वो अपनी थां ते अपनियां ड्यूटियां ते सन, उन्हां नूं अपनियां कारवाइयां दे अपने जो सन सत्कार अहुदे उन्हां नूं वड्डियां पोस्टां होर नसीब होईयां होणगियां, पर साढ़े ते कोर्ट मार्शल करके असी ते जेल विचों सीधे डायरैक्ट अपने घरां नूं वापस आ गए। घर आ के साडा असी अपनी जो सानूं वाहिगुरू ने किरत दित्ती, जिस तरह की भी चाहे दिहाड़ी करनी पई, टैंपू चलाना पिया, जां कोई होर फैक्ट्रियां दे विच कम करना पिया। उस बाद बरनाला सरकार दे टाइम विच सानू लड़ कुल के गवर्नमेंट दी जॉब भी प्राप्त हुई, मैं सेवादारी करदिया होया एक्शन काडर दी पोस्ट तो हुण मैं रिटायरमेंट लैके धर्मी फौजियां दी सेवा दे विच अपने आप नूं तत्पर कीता। सिख धर्मी फौजियां ने मैनूं अपनी यादगार बना ली, मुख्य सेवादार है जिहड़ा उह नियुक्त कीता। बिल्कुल सचमुच बड़ी वड्डी घलणा है दोस्तों। इत्थे मैं तुहाडे इक होर गल सांझी करना चाहुंदा, उह धर्मी फौजी जिन्हां ने पंथ की खातर अपना सब कुछ कुर्बान कर दिता, पक्कियां नौकरियां फौज नूं लत मार के किसी भी तरीके तरह पंथ नूं कुर्बान वास्ते घर वल कूच किया। सो जे इन्हां दे इस समर्पण की गल करिए ते पंथ का फर्ज बनता है, पंथ के सरमोर आगुआ का फर्ज बनता है, असी इन्हां दी दित्ती हुई कुरबानी नूं व्यर्थ ना करिए, सगो इन्हां दी कुरबानी का इहो जिहा मुल पाया जाए अज आने वाली पीढ़ी नूं पता लग सके कि कौम के मरजीवड़े योधे केवल जंगे मैदान में लड़ के शहीद होने वाले मरजीवड़े योधे नहीं, वो मरजीवड़े योधे जिन्हें जीउंदे जी पंथ की चढ़ती कला वास्ते, पंथ के सत्कार वास्ते, श्री अकाल तख्त साहब की मान मर्यादा वास्ते अपना सब कुछ कुरबान करके भारतीय फौज में नौकरी करने के बावजूद भारतीय फौज का डट के मुकाबला किया, भारतीय सरकार का डट के मुकाबला किया, क्योंकि सरकार के नालों पंथ कितने ज़्यादा प्यारा है। परंतु उदो हैरानगी हुई जो साढ़े पंथ के सरमोहर आगुओं ने भी इन्हों का मदद करने वास्ते इन्हों के सामने ना आए, साढ़े जेडे धार्मिक आगू ने, इतों तक मैं कहने में गुरेज नहीं करा, साड़िया सरमोर पंथ दियाँ सरमोर जथेबंदियां भावें कोई भी जथेबंदी हो जे पंथ के नाते संगत तो दसवंध इकट्ठा कर दया संगत लादियां ने, माफ़ करना उन्होंने जथेबंदियों ने भी इन्ह धर्मी फौजियों की सार नहीं ली। जेकर गल की जाए समुचे संसार की, एक नहीं अनेक धर्मी फौजियों के विंग बने पे ने जेडे कि झूठे दावे करके अपना ऐश प्रस्ती जीवन बतीत कर रहे हैं, परंतु उदों हैरानगी होंदी है जिन्होंने सचमुच अपना कुरबान किया, अज वह धर्मी फौजी केवल तो केवल अबोर की धरती से केवल तो केवल एक यादगार स्थापित कर रहे हैं। उस यादगार स्थापित करने वास्ते भी ना कोई पंथक आगू ना कोई धार्मिक आगू अगे आ रहा है। मुबारकबाद सलाम करते हैं इन्हों धर्मी फौजियों जिन्होंने अपनी किरत कमाई के तिल फुल भेटा कढ़ के अबोर की धरती से उन्हों धर्मी फौजियों की यादगार स्थापित करने का एक बीड़ा चुकया पिया है। सो देश विदेश में जिथे भी संगत इन धर्मी फौजियों की दास्तान सुन रही ने, ते अपील है उन्होंने चरणों के कोशिश करिए असी इन्हों धर्मी फौजियों का दुख वंडा सकी, इन धर्मी फौजियों के समुचे इतिहास में अपनी आने वाली पनीरी तक लेके जा सकी, उन्होंने भी पता लग सके कि साढ़े धर्मी फौजियों ने केवल अपनिया सुख सहूलत वास्ते नहीं श्री अकाल तख्त साहब से हुए सरकारी हमले के विरुद्ध में आवाज़ उठाई, तो अपनिया नौकरियां छड़ के पंथ के वल श्री दरबार साहब के वल कूच किया। इतने कल मैं होर पूछना चाहवागा मलकीत सिंह जी, मैं एक संदेश देना चाहूँगा जी जरूर, परंतु एक मेरी एक इतने अर्ज है, अज कहा जाता है कि जेडे पंथ लिए कुरबान होंगे ने, पंथ को समर्पित होंगे ने, पंथ उन्हों की अगवाई करता है, पंथ उन्हों की वागडोर सामभदा, पंथ उन्हों के परिवारों का ध्यान रखता है, कि कोई भी भावें श्रोमणी गुरद्वारा प्रबंधक कमेटी है, कोई योजा मुख्य सेवादार या कोई योजी जथेबंदी जिन्होंने तुहाडे दर्द को सुनिया, जिन्होंने तुहाडे दर्द को पहचानिया, कोई अगे ना आया अज तक? मैं तुहाडे चैनल राही ये गल बिल्कुल सच ते स्पष्ट कर देनी चाहना कि साढ़े जिन्हें भी मगरमच्छ के हंजू रोण वाले जथेदार कह लो
ਸਾਡੀਆਂ ਸਮਿਤੀਆਂ ਕਹਿ ਲਓ, ਸਾਡੀਆਂ ਸ਼੍ਰੋਮਣੀ ਕਮੇਟੀਆਂ ਕਹਿ ਲਓ, ਇਹਨਾਂ ਨੇ ਸਾਡੇ ਲਈ ਮਗਰਮੱਛ ਦੇ ਹੰਝੂ ਵਹਾਉਣ ਤੋਂ ਸਿਵਾਏ ਹੋਰ ਕੋਈ ਵੀ ਕਾਰਵਾਈ ਨਹੀਂ ਕੀਤੀ ਹੈਗੀ। ਪਰੰਤੂ ਇਹਨਾਂ ਦੇ ਬਜਟ ਵਿੱਚ ਬਕਾਇਦਾ ਪਾਸ ਕੀਤਾ ਜਾਂਦਾ ਕਿ ਧਰਮੀ ਫੌਜ ਨੂੰ ਆਹ ਬੰਦੀ ਸਹਾਇਤਾ ਦਿੱਤੀ ਜਾਵੇਗੀ। ਪੰਥਕ ਆਗੂ ਵੱਲੋਂ ਐਲਾਨ ਕੀਤਾ ਜਾਂਦਾ ਕਿ ਨਿੱਜੀ ਤੌਰ 'ਤੇ ਕੇਵਲ ਐਲਾਨ ਤੱਕ ਸੀਮਤ ਹੈ। ਇਹ ਸਿਰਫ ਅਤੇ ਸਿਰਫ ਐਲਾਨ ਨੇ, ਅਤੇ ਹੁਣ ਤਾਂ ਅਸੀਂ ਇੱਥੇ ਤੱਕ ਵੀ ਕਹਿ ਦਿੰਦੇ ਹਾਂ ਵੀ ਜੇ ਐਲਾਨਾਂ ਦੇ ਵਿੱਚ ਕੋਈ ਪ੍ਰਾਪਤੀਆਂ ਵੀ ਹੋਣਗੀਆਂ ਤਾਂ ਇਹਨਾਂ ਲੋਕਾਂ ਨੇ ਆਪ ਹੀ ਉਹ ਹੜੱਪ ਕਰ ਲਈਆਂ ਨੇ। ਜਿਵੇਂ ਕਿ ਮੈਂ ਪਹਿਲਾਂ ਵੀ ਕਈ ਵਾਰ ਕਹਿੰਦਾ ਹੁੰਦਾ ਵੀ 18/1986 ਨੂੰ ਬਰਨਾਲਾ ਸਰਕਾਰ ਦੇ ਟਾਈਮ ਪੰਥਕ ਸਰਕਾਰ ਘੁਆਉਂਦਿਆਂ ਹੋਇਆਂ 5-5 ਏਕੜ ਜ਼ਮੀਨ ਸਾਡੇ ਸ਼ਹੀਦਾਂ ਨੂੰ ਦੇਣ ਦਾ ਇਹਨਾਂ ਨੇ ਐਲਾਨ ਕੀਤਾ। 250 ਗਜ ਦੇ ਪਲਾਟ ਦੇਣ ਦਾ ਐਲਾਨ ਕੀਤਾ। ਉਹ ਅੱਜ ਤੱਕ ਮੈਂ ਤਾਂ ਕਹਿ ਸਕਦਾ ਵੀ ਜਾਂ ਤਾਂ ਉਹ ਫਾਈਲਾਂ 'ਚ ਹੀ ਰੁਲ ਗਏ ਨੇ, ਅਤੇ ਜਾਂ ਫਿਰ ਹੋ ਸਕਦਾ ਕਿ ਨਾ ਧਰਮੀ ਫੌਜੀਆਂ ਦਾ ਹੋਵੇ, ਅਤੇ ਹੋ ਸਕਦਾ ਇਹਨਾਂ ਜਥੇਦਾਰਾਂ ਨੇ ਜਿਵੇਂ ਕਬਜ਼ੇ ਪਹਿਲਾਂ ਕਰ ਲੈਂਦੇ ਨੇ, ਹੋ ਸਕਦਾ ਇਹਨਾਂ ਉੱਤੇ ਕਬਜ਼ੇ ਵੀ ਇਹਨਾਂ ਨੇ ਆਪ ਹੀ ਕੀਤੇ ਹੋਣ। ਕੀ ਵਿਦੇਸ਼ਾਂ ਦੀ ਧਰਤੀ ਤੋਂ ਕੋਈ ਇਹੋ ਜਿਹੀ ਮਦਦ ਨਹੀਂ ਆਈ? ਨਹੀਂ, ਅਜੇ ਤੱਕ ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਵਿਦੇਸ਼ਾਂ ਦੀ ਧਰਤੀ ਤੋਂ ਵੀ ਸਿਰਫ ਅਤੇ ਸਿਰਫ ਜਿਹੜੇ ਨੇ ਉਹ ਵਾਅਦੇ ਹੀ ਆਏ ਨੇ, ਔਰ ਕਈ ਬਾਬਿਆਂ ਨੇ ਵੀ ਵਾਅਦੇ ਕੀਤੇ ਨੇ ਸਾਡੇ ਨਾਲ, ਪਰ ਰਹੇ ਸਿਰਫ ਵਾਅਦੇ ਹੀ ਨੇ। ਅਜੇ ਤੱਕ ਕਿਸੇ ਤਰ੍ਹਾਂ ਦੀ ਕੋਈ ਵੀ ਨਿੱਜੀ ਤੌਰ 'ਤੇ ਭਾਵੇਂ ਕਿਸੇ ਨੂੰ ਕੁਛ ਕਿਸੇ ਨੇ ਰਿਸ਼ਤੇਦਾਰੀ ਪੈਂਦੀ ਹੈ ਤਾਂ ਭਾਵੇਂ ਕਿਸੇ ਨੇ ਕਿਸੇ ਦੀ ਮਦਦ ਕੀਤੀ ਹੋਵੇ, ਸਮੁੱਚੇ ਤੌਰ 'ਤੇ ਧਰਮੀ ਫੌਜੀਆਂ ਲਈ ਕੋਈ ਵੀ ਮਦਦ ਹੈ ਜਿਹੜੀ ਉਹ ਨਾ ਵਿਦੇਸ਼ਾਂ ਦੀ ਧਰਤੀ ਤੋਂ ਆਈ ਹੈ ਅਤੇ ਨਾ ਹੀ ਇਹ ਦੇਸ਼ ਦੀ ਧਰਤੀ। ਧਰਮੀ ਫੌਜੀ ਜਿਹੜੇ ਸ਼ਹੀਦ ਹੋਏ ਸਨ, 13 ਧਰਮੀ ਫੌਜੀ ਅਬੋਹਰ ਦੀ ਧਰਤੀ ਤੋਂ ਉੱਥੇ ਇੱਕ ਯਾਦਗਾਰ ਸਥਾਪਿਤ ਕਰ ਰਹੇ ਹੋ, ਕੀ ਤੁਹਾਡਾ ਮੰਤਵ ਕੇਵਲ ਅਤੇ ਕੇਵਲ ਯਾਦਗਾਰ ਸਥਾਪਿਤ ਕਰਨ ਤੱਕ ਸੀਮਿਤ ਹੈ ਜਾਂ ਫਿਰ ਧਰਮੀ ਫੌਜੀਆਂ ਦਾ ਜਿਹੜਾ ਸਮੁੱਚਾ ਜੀਵਨ ਹੈ ਪੰਥ ਨੂੰ ਸਮਰਪਿਤ ਹੈ ਉਹਦੇ ਵਾਸਤੇ ਸਮੁੱਚੇ ਪੰਥ ਨੂੰ ਦੱਸਣਾ ਵੀ ਹੈ? ਸਿੰਘ ਸਾਹਿਬ ਜੀ, ਗੱਲ ਇਹ ਹੈ ਵੀ ਸਾਨੂੰ ਲਗਭਗ 30-35 ਸਾਲ ਹੋ ਚੁੱਕੇ, ਅਸੀਂ ਸਾਡੇ ਅਲੱਗ ਅਲੱਗ ਸਮੇਂ ਸਮੇਂ ਸਿਰ ਪ੍ਰਧਾਨ ਵੀ ਬਣਦੇ ਆਏ, ਪਰ ਇਹ ਸੋਚ ਜਥੇਬੰਦੀ ਨੂੰ ਇੱਕ ਕਾਮਯਾਬ ਰੱਖਿਆ ਉਹਨਾਂ ਨੇ, ਪ੍ਰਧਾਨਾਂ ਨੇ ਸਿਰਫ ਵੀ ਸਾਡੇ ਜਥੇਬੰਦੀ ਕਾਮਯਾਬ ਹੀ ਰਹੀ ਹੈ। ਪਰ ਹੁਣ ਜਸਪਾਲ ਸਿੰਘ ਜਦੋਂ ਰਿਟਾਇਰ ਹੋ ਗਿਆ ਪਿਛਲੇ ਸਾਲ, ਇਹ ਜਸਪਾਲ ਸਿੰਘ ਦੇ ਮਲਕੀਤ ਸਿੰਘ ਦਾ ਤਾਂ ਪਹਿਲਾਂ ਹੀ ਵਿਗੜਿਆ ਚੁੱਕਿਆ ਸੀਗਾ, ਅਸੀਂ ਵੀ ਮਲਕੀਤ ਸਿੰਘ ਦੇ ਨਾਲ ਸੀਗੇ, ਹੋਰ ਵੀ ਸਿੰਘ ਕਾਫੀ ਸੀਗੇ, ਆਪਣੀ ਕੋਈ ਨਾ ਕੋਈ ਇੱਕ ਯਾਦਦਾਸ਼ਤ ਬਣੇ, ਭਾਵੇਂ ਛੋਟੀ ਬਣੇ ਵੀ ਉੱਥੇ ਕਿ ਪੰਥ ਨੂੰ ਪਤਾ ਲੱਗ ਸਕੇ ਕਿ ਧਰਮੀ ਫੌਜੀ ਵੀ ਆਉਣ ਵਾਲੀ ਪੰਜੀਰੀ ਨੂੰ ਪਤਾ ਲੱਗ ਜਾਏ ਵੀ ਅਸੀਂ ਦਰਬਾਰ ਸਾਹਿਬ ਸ਼੍ਰੋਮਣੀ ਕਮੇਟੀ ਤੱਕ ਵੀ ਬੜੀ ਪਹੁੰਚ ਕੀਤੀ ਸੀ ਪਹਿਲਾਂ ਵੀ ਸਾਡੀਆਂ ਇੱਥੇ ਸ਼ਹੀਦਾਂ ਦੀਆਂ ਫੋਟੋਆਂ ਲਾਈਆਂ ਜਾਣ ਅਜਾਇਬ ਘਰ ਦੇ ਵਿੱਚ, ਜਾਂ ਸਾਡੇ ਵੀ ਕਿਸੇ ਨੁੱਕਰ 'ਤੇ ਮਾੜੀ ਮੋਟੀ ਵੀ ਦਰਬਾਰ ਸਾਹਿਬ 'ਤੇ ਹਮਲਾ ਹੋਇਆ, ਕਿੱਥੋਂ ਕਿੱਥੋਂ ਆਰਮੀ ਨੇ ਕੂਚ ਕੀਤਾ ਦਰਬਾਰ ਸਾਹਿਬ ਨੂੰ, ਵੀ ਉਹਨਾਂ ਦੇ ਇਕੱਲੀ ਆਰਮੀ ਦਾ ਨਾਂ ਲਿਖ ਦਿਓ ਵੀ 9 ਸਿੱਖ ਨੇ ਇੰਨੇ ਬੰਦਿਆਂ ਨੇ ਕੂਚ ਕੀਤਾ, ਫਲਾਣੀ ਪਲਟਣ ਨੇ ਇੰਨਾ ਸੈਂਟਰ ਤੋਂ ਇੰਨੇ ਬੰਦਿਆਂ ਨੇ ਕੂਚ ਕੀਤਾ, ਵੀ ਆਉਣ ਵਾਲੀ ਪੰਜੀਰੀ ਘੱਟੋ ਘੱਟ ਇਹ ਤਾਂ ਦੇਖੇਗੀ ਵੀ ਦਰਬਾਰ ਸਾਹਿਬ 'ਤੇ ਹਮਲਾ ਹੋਇਆ ਅਤੇ ਫੌਜਾਂ ਦੇ ਵਿੱਚੋਂ ਦਰਬਾਰ ਸਾਹਿਬ ਨੂੰ ਕੂਚ ਕੀਤਾ ਉਹਨਾਂ ਨੇ, ਜਾਂ ਇੰਨੇ ਬੰਦਿਆਂ ਨੇ ਸ਼ਹੀਦੀਆਂ ਪਾਈਆਂ। ਲੇਕਿਨ ਜਦੋਂ ਵੀ ਹੁਣ ਅਸੀਂ ਇੱਥੇ ਤੱਕ ਵੀ ਕਿਹਾ ਵੀ ਆਉਣ ਵਾਲੀ ਪੰਜੀਰੀ ਕਹੂਗੀ ਵੀ ਕਿਤਾਬਾਂ ਦੇ ਵਿੱਚ ਤਾਂ ਇਹ ਲਿਖਿਆ ਗਿਆ ਵੀ ਦਰਬਾਰ ਸਾਹਿਬ 'ਤੇ 1984 ਦੇ ਵਿੱਚ ਅਕਾਲ ਤਖ਼ਤ ਦਰਬਾਰ ਸਾਹਿਬ 'ਤੇ ਹਮਲਾ ਹੋਇਆ, ਢਾਹ ਢੇਰੀ ਕੀਤਾ ਗਿਆ, ਪਰ ਉਹਦੀ ਰੋਸ ਦੇ ਵਿੱਚੋਂ ਅੱਗੇ ਕੌਣ ਆਇਆ? ਲੇਕਿਨ ਅੱਗੇ ਕੌਣ ਆਇਆ ਉਹ ਮਤਲਬ ਕਿ ਵੀ ਕਿਸੇ ਨੇ ਉਹ ਦੱਬਤਾ ਵੀ ਅੱਗੇ, ਕਿਉਂ ਅੱਗੇ ਜਿਹੜੇ ਆਏ ਸੀਗੇ ਇਹ ਇੱਕ ਗਰੀਬ ਘਰਾਂ ਦੇ ਬੰਦੇ ਆਏ ਸੀਗੇ, ਜੇ ਅਮੀਰਾਂ ਦੇ ਬੰਦੇ ਆਉਂਦੇ ਤਾਂ ਹੋ ਸਕਦਾ ਵੀ ਅੱਜ ਮਤਲਬ ਕਿ ਵੀ ਹੋ ਸਕਦਾ ਅੱਜ ਕੱਲ੍ਹ ਮੁੱਖ ਮੰਤਰੀ ਦੇ ਅਹੁਦੇ 'ਤੇ ਵੀ ਹੁੰਦਾ। ਅੱਜ ਸਾਨੂੰ ਇੱਕ ਸ਼੍ਰੋਮਣੀ ਕਮੇਟੀ ਦੀ ਟਿਕਟ ਨਹੀਂ ਮਿਲ ਰਹੀ, ਸਾਨੂੰ ਸ਼੍ਰੋਮਣੀ ਕਮੇਟੀ ਦਾ ਮੈਂਬਰ ਵੀ ਨਹੀਂ, ਕੋਰਪੋਰੇਟ ਮੈਂਬਰ ਵੀ ਲੈ ਕੇ ਰਾਜੀ ਨਹੀਂ ਲੈ ਸਕਦੇ। ਜਦੋਂ ਕਿ ਹੁਣ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਗੱਲ ਹੋਰ ਦੱਸਾਂ, ਪਿੱਛੇ ਦੇ ਇੱਥੇ ਬਹਾਦਰਗੜ੍ਹ ਇੱਕ ਕੋਈ ਮਤਲਬ ਕਿ ਵੀ ਗਰੁੱਪ ਸੀਗਾ, ਉਹ ਰੁਮਾਲੇ ਗੁਰਦੁਆਰਾ ਸਾਹਿਬ 'ਚੋਂ ਖਰੀਦ ਕੇ ਦੁਬਾਰਾ ਉਹਨਾਂ ਨੂੰ ਪੈਕ ਕਰਕੇ ਅਤੇ ਪ੍ਰੈਸ ਕਰਕੇ ਪੈਕ ਕਰਕੇ ਦੁਬਾਰਾ ਉਹ ਸਪਲਾਈ ਕਰਦੇ ਸੀਗੇ ਦੁਕਾਨਾਂ 'ਤੇ। ਮੈਨੂੰ ਕਿਸੇ ਸਿੰਘ ਨੇ ਦੱਸਤਾ, ਕਹਿੰਦਾ ਵੀ ਇਸ ਜਗ੍ਹਾ 'ਤੇ ਰੁਮਾਲਿਆਂ ਦੀ ਬਾਹਰੋਂ ਵਿਕਰੀ ਕਰਕੇ ਪ੍ਰੈਸ ਕਰਕੇ ਦੁਬਾਰਾ ਦੁਕਾਨਾਂ 'ਤੇ ਸਪਲਾਈ ਕਰਦੇ ਹਾਂ। ਮਹਾਂ ਵੀ ਮੈਨੂੰ ਮਹਾਂ ਵੀ ਇਸ ਟਾਈਮ ਹੋਣਗੇ? ਕਹਿੰਦਾ ਇਸ ਟਾਈਮ ਤਾਂ ਪਤਾ ਨਹੀਂ, ਮਹਾਂ ਜਿੱਦਣ ਹੋਣਗੇ ਮੈਨੂੰ ਉਸ ਦਿਨ ਦੱਸੀ ਦਿਓ, ਆਪਾਂ ਹੁਣ ਦੁਕਾਨ ਕਿਸੇ ਦੇ ਖਿਲਾਈਏ ਖਾਲੀ ਹੋਵੇ ਤਾਂ ਬੇਇੱਜ਼ਤੀ ਵਾਲੀ ਗੱਲ ਹੈ। ਮੈਂ ਉਹ ਮੌਕੇ 'ਤੇ ਉੱਥੇ ਮੌਜੂਦ ਸੀਗਾ ਅਤੇ ਮੈਨੂੰ ਸਿੰਘ ਨੇ ਸਾਰਾ ਕਿਰਤਾ ਵੀ ਆ ਗਏ, ਦੋ ਬੰਦੇ ਮੋਨੇ ਸਕੂਟਰ ਉਹਨਾਂ ਦੇ ਕੋਲ, ਇੱਕ ਵੱਡਾ ਸਾਰਾ ਬੋਰਾ ਰੁਮਾਲਿਆਂ ਦਾ ਭਰਿਆ ਹੋਇਆ, ਇੱਕ ਐਡੀ ਕੁ ਛੋਟੀ ਜਿਹੀ ਪੰਡੋਲੀ 'ਚ 10-15 ਰੁਮਾਲੇ ਹੋਣਗੇ, ਉਹਨਾਂ ਸਕੂਟਰ ਦੇ ਅੱਗੇ ਧਰੇ ਹੋਏ। ਮੈਨੂੰ ਕਿਹਾ ਮਾਂ ਇਹ ਕੀ ਹੈ? ਕਹਿੰਦਾ ਜੀ ਕੁਛ ਨਹੀਂ ਜੀ ਕੁਛ ਨਹੀਂ, ਕੱਪੜੇ ਆ ਜੀ। ਮਹਾਂ ਜੀ ਮੈਨੂੰ ਤਾਂ ਰੁਮਾਲੇ ਲੱਗਦੇ ਆ। ਕਹਿੰਦਾ ਜੀ ਨਹੀਂ ਜੀ ਨਹੀਂ ਰੁਮਾਲੇ ਨਹੀਂ, ਮਹਾਂ ਹੱਥੇ ਰੋਕ ਲਾ ਜਰਾਕ। ਮੈਨੂੰ ਕਹਿੰਦਾ ਵੀ ਤੂੰ ਕੌਣ ਹੈ? ਮਹਾਂ ਜੀ ਮੈਨੂੰ ਜੀ 2-3 ਮਹੀਨੇ ਹੋ ਗਏ ਅਤੇ ਮੈਨੂੰ ਸ਼੍ਰੋਮਣੀ ਕਮੇਟੀ ਨੇ ਛੱਡਿਆ ਹੋਇਆ ਇੱਥੇ ਇਸੇ ਕੰਮ ਵਾਸਤੇ, ਹਾਲਾਂਕਿ ਸ਼੍ਰੋਮਣੀ ਕਮੇਟੀ ਨੇ ਮੈਨੂੰ ਕੋਈ ਨਹੀਂ ਛੱਡਿਆ ਕਿ ਮੈਂ ਆਪਣੇ ਬਲਬੁੱਤੇ 'ਤੇ ਸੰਘਰਸ਼ ਕੀਤਾ।
ਜਦੋਂ ਅਸੀਂ ਫੜ ਲਏ ਖੋਲ੍ਹੇ ਵਿੱਚੋਂ ਰੁਮਾਲੇ ਨਿਕਲੇ ਤਿੰਨ ਘੰਟੇ ਜਥੇਦਾਰ ਜੀ ਮੈਂ ਉਹਨਾਂ ਨਾਲ ਜਦੋ ਜਹਿਦ ਕੀਤੀ ਬੜੇ ਜਥੇਦਾਰਾਂ ਨੂੰ ਟੈਲੀਫੋਨ ਕਰੇ ਮੈਂਬਰਾਂ ਤੱਕ ਕੀਤਾ ਸੋਮਨੀ ਗੁਰਦੁਆਰਾ ਬਹਾਦਰਗੜ੍ਹ ਤੱਕ ਕੀਤਾ ਕਹਿੰਦਾ ਜਿੱਥੇ ਤੱਕ ਸਾਡਾ ਮੁਖੀ ਨਹੀਂ ਸਾਨੂੰ ਕਹਿੰਦਾ ਅਸੀਂ ਨਹੀਂ ਇੱਥੇ ਆਵਾਂਗੇ ਤੂੰ ਇਹਨਾਂ ਨਾਲ ਜਿਵੇਂ ਮਰਜ਼ੀ ਨਿਬੜ ਜਾ ਨਾ ਨਿਬੜ ਜਦੋਂ ਸਾਡੇ ਐਵੇਂ ਉਹਦੇ ਨਾਲ ਮੈਂਬਰ ਨਾਲ ਗੱਲਬਾਤ ਹੋਈ ਕਹਿੰਦਾ ਸਿੰਘ ਸਾਹਿਬ ਜੀ ਹੁਣ ਆਪਾਂ ਕੀ ਕਰੀਏ ਇਹਨਾਂ ਦਾ ਮੈਨੂੰ ਪੁੱਛਦਾ ਇੱਕ ਮੈਂਬਰ ਆ ਸਾਡਾ ਹਲਕੇ ਦਾ ਕਹਿੰਦਾ ਸਿੰਘ ਸਾਹਿਬ ਜੀ ਹੁਣ ਕੀ ਕਰੀਏ ਪਰ ਲੇਕਿਨ ਉਹ ਲੜਾਈ ਮੈਂ ਆਪਣੇ ਬਲਬੂਤੇ ਪਰਸਨਲ ਡਿਊਟੀ ਬਣ ਗਈ ਜੀ ਪਰਸਨਲ ਬਣ ਗਈ ਮੈਨੂੰ ਕਹਿੰਦਾ ਤੂੰ ਇਦਾਂ ਕਰ ਇਹਦਾ ਦੀ ਥਾਣੇ 'ਚ ਜਾ ਕੇ ਰਿਪੋਰਟ ਕਰ ਇਹ ਕਾਰਵਾਈ ਤੈਨੂੰ ਹੀ ਕਰਨੀ ਪੈਣੀ ਆ ਯਾਨੀ ਕਿਤੇ ਨਾ ਕਿਤੇ ਪੰਥਕ ਕਾਰਵਾਈ ਵਾਸਤੇ ਵੀ ਤੁਹਾਨੂੰ ਅੱਗੇ ਹਾਂਜੀ ਉਸ ਤੋਂ ਬਾਅਦ ਅਸੀਂ ਅਕਾਲ ਤਖ਼ਤ ਤੱਕ ਵੀ ਲਿਖ ਕੇ ਦੇ ਕੇ ਆਏ ਉਹਨੂੰ ਪਰਚੀਆਂ ਰਸੀਦਾਂ ਸਾਰਾ ਕੁਝ ਦੇ ਕੇ ਆਏ ਪਰ ਲੇਕਿਨ ਉਹਦਾ ਕੋਈ ਹੱਲ ਨਹੀਂ ਨਿਕਲਿਆ ਸੱਚਮੁੱਚ ਕਿਤੇ ਨਾ ਕਿਤੇ ਜਦੋਂ ਧਰਮੀ ਫੌਜੀ ਆਪਣੀ ਡਿਊਟੀ ਕਰਦਾ ਤੇ ਤਨਦੇਹੀ ਨਾਲ ਨਿਭਾਉਂਦਾ ਪਰੰਤੂ ਦੁੱਖ ਉੱਥੇ ਮਹਿਸੂਸ ਹੁੰਦਾ ਜਦੋਂ ਉਹਨਾਂ ਦੀ ਡਿਊਟੀ ਉਦੋਂ ਬੋਰ ਨਹੀਂ ਪੈਂਦਾ ਉਹਨਾਂ ਦੀ ਗੱਲ ਸੁਣੀ ਨਹੀਂ ਜਾਂਦੀ ਉਹਨਾਂ ਨੂੰ ਇਨਸਾਫ ਨਹੀਂ ਮਿਲਦਾ ਸੋ ਸੱਚਮੁੱਚ ਇਸੇ ਤਰ੍ਹਾਂ ਦੋਸਤੋ ਕੁਝ ਲੰਬੇ ਸਮੇਂ ਤੋਂ ਹੋ ਰਿਹਾ ਸਾਡੇ ਧਰਮੀ ਫੌਜੀਆਂ ਦੇ ਨਾਲ ਸਾਡਾ ਮੰਤਵ ਕੇਵਲ ਤੇ ਕੇਵਲ ਧਰਮੀ ਫੌਜੀਆਂ ਦੇ ਇਤਿਹਾਸ ਨੂੰ ਤੁਹਾਡੇ ਰੂਬਰੂ ਕਰਨਾ ਉਹਨਾਂ ਧਰਮੀ ਫੌਜੀਆਂ ਦੀ ਦੇਣ ਨੂੰ ਤੁਹਾਡੇ ਰੂਬਰੂ ਕਰਨਾ ਹੈ ਕਿ ਸਾਨੂੰ ਪਤਾ ਲੱਗ ਸਕੇ ਕਿ 1984 ਵਿੱਚ ਸ਼੍ਰੀ ਅਕਾਲ ਤਖ਼ਤ ਸਾਹਿਬ ਤੇ ਹਮਲਾ ਹੋਇਆ ਕਿਹੜੇ ਕਿਹੜੇ ਸਨ ਜਿਨ੍ਹਾਂ ਨੇ ਦਰਬਾਰ ਸਾਹਿਬ ਜੀ ਦੇ ਹਮਲੇ ਦੇ ਵਿਰੁੱਧ ਆਵਾਜ਼ ਉਠਾਈ ਅਤੇ ਉਹਨਾਂ ਸ਼ਹੀਦ ਮਰਜੀਵੜੇ ਯੋਧਿਆਂ ਦੇ ਨਾਲ ਸਾਥ ਦੇਣ ਵਾਸਤੇ ਆਪਣਾ ਘਰ ਬਾਰ ਛੱਡ ਕੇ ਨੌਕਰੀਆਂ ਛੱਡ ਕੇ ਫੌਜੀ ਅਧਿਕਾਰੀਆਂ ਨੂੰ ਛੱਡ ਕੇ ਦਰਬਾਰ ਸਾਹਿਬ ਦੇ ਪਿਆਰ ਮੁਹੱਬਤ ਵਿੱਚ ਰੰਗਣ ਵਾਸਤੇ ਆਪਣਾ ਆਪ ਕੁਰਬਾਨ ਕੀਤਾ ਉਹਨਾਂ ਵਿੱਚੋਂ ਸਾਡੇ ਸਿੱਖ ਧਰਮੀ ਵੀ ਸਨ ਸਿੱਖ ਧਰਮੀ ਫੌਜੀ ਵੀ ਸਨ ਸੋ ਲੋੜ ਹੈ ਇਹਨਾਂ ਧਰਮੀ ਫੌਜੀਆਂ ਨੂੰ ਗੱਲ ਨਾਲ ਲਗਾਉਣ ਦੀ ਇਹਨਾਂ ਨੂੰ ਬੰਦਾ ਮਾਣ ਸਨਮਾਨ ਸਤਿਕਾਰ ਦੇਣ ਲਈ ਅਕਾਲ ਚੈਨਲ ਵੱਲੋਂ ਨਿਰੰਤਰ ਇਹੋ ਜਿਹੀ ਗੱਲਬਾਤ ਤੁਹਾਡੇ ਰੂਬਰੂ ਕੀਤੀ ਜਾਂਦੀ ਹੈ ਇਹੋ ਜਿਹਾ ਮਸਲਾ ਤੁਹਾਡੇ ਰੂਬਰੂ ਕੀਤਾ ਜਾਂਦਾ ਪਰੰਤੂ ਕੋਸ਼ਿਸ਼ ਕਰੀਏ ਅਸੀਂ ਉਸ ਮਸਲੇ ਦੇ ਹੱਲ ਤੱਕ ਵੀ ਪਹੁੰਚੀਏ ਮੇਰੀ ਹੱਥ ਜੋੜ ਕੇ ਬੇਨਤੀ ਹੈ ਸਮੂਹ ਪੰਥਕ ਆਗੂਆਂ ਨੂੰ ਜੇ ਸੱਚਮੁੱਚ ਤੁਸੀਂ ਪੰਥ ਦੀ ਚੜ੍ਹਦੇ ਕਲਾ ਚਾਹੁੰਦੇ ਹੋ ਤਾਂ ਕੋਸ਼ਿਸ਼ ਕਰੋ ਧਰਮੀ ਫੌਜੀ ਸਾਡੇ ਸਿੱਖ ਧਰਮੀ ਫੌਜੀ ਵੀ ਸਾਡੇ ਪੰਥ ਦਾ ਹਿੱਸਾ ਨੇ ਅਸੀਂ ਉਹਨਾਂ ਦੇ ਨਾਲ ਬੈਠੀਏ ਗੱਲਬਾਤ ਕਰੀਏ ਉਹਨਾਂ ਦਾ ਦੁੱਖ ਮੰਡਾਈਏ ਅਤੇ ਸਾਡੀ ਆਉਣ ਵਾਲੀ ਪਨੀਰੀ ਨੂੰ ਵੀ ਸਾਡੇ 'ਤੇ ਮਾਣ ਹੋਵੇ ਸਾਡੇ ਨੌਜਵਾਨ ਬੱਚੇ ਬੱਚਿਆਂ ਸਾਡੇ 'ਤੇ ਮਾਣ ਹੋਵੇ ਜਿਹੜੇ ਧਰਮੀ ਫੌਜੀ ਪੰਥ ਦੀ ਚੜ੍ਹਦੀ ਕਲਾ ਵਾਸਤੇ ਅਕਾਲ ਤਖ਼ਤ ਸਾਹਿਬ 'ਤੇ ਹੋਏ ਟੈਟੇਰੀ ਦੇ ਦਰਦ ਵਿੱਚ ਆਪਣਾ ਸਭ ਕੁਝ ਕੁਰਬਾਨ ਕੀਤਾ ਸੀ ਪੰਥ ਨੇ ਉਹਨਾਂ ਦੀ ਬਾਂਹ ਪਕੜੀ ਹੈ ਪੰਥ ਵਿੱਚ ਉਹਨਾਂ ਦਾ ਵੀ ਮਾਣ ਸਤਿਕਾਰ ਹੋਵੇ ਸੋ ਇਸੇ ਆਸ ਨਾਲ ਹੁਣ ਮੈਨੂੰ ਦਿਓ ਆਗਿਆ ਸੋ ਇਹ ਸਾਂਝੀ ਪੰਥ ਦੀਆਂ ਦੋ ਅਹਿਮ ਸ਼ਖਸੀਅਤਾਂ ਸਰਦਾਰ ਮਲਕੀਤ ਸਿੰਘ ਜੀ ਅਤੇ ਸਰਦਾਰ ਬਾਬੂ ਸਿੰਘ ਜੀ ਜਿਨ੍ਹਾਂ ਨੇ ਆਪਣੀ ਹੱਡ ਬੇਤੀ ਤੁਹਾਡੇ ਨਾਲ ਸਾਂਝੀ ਕੀਤੀ ਹੈ ਪ੍ਰਭੂ ਸਿੱਖ ਮਸਲੇ ਰਾਹੀਂ ਇੱਕ ਮੈਂ ਬੇਨਤੀ ਜ਼ਰੂਰ ਕਰਾਂਗਾ ਜਾਂਦਿਆਂ ਦੇ ਮਲਕੀਤ ਸਿੰਘ ਜੀ ਕੀ ਸੁਨੇਹਾ ਦੇਣਾ ਚਾਹੋਗੇ ਮੈਂ ਅੱਜ ਅਕਾਲ ਚੈਨਲ ਦੇ ਇਸ ਮੀਡੀਆ ਦੇ ਰਾਹੀਂ ਪ੍ਰੈਸ ਦੇ ਰਾਹੀਂ ਸਮੁੱਚੀ ਕੌਮ ਨੂੰ ਇਹ ਗੱਲ ਬੜੇ ਦਰਦ ਨਾਲ ਕਹਿਣਾ ਚਾਹੁੰਦਾ ਕਿ ਜਿੱਥੇ ਜਿੱਥੇ ਵੀ ਸਮੂਹ ਸੰਗਤਾਂ ਬੈਠੀਆਂ ਨੇ ਜਾਂ ਆਮ ਦੁਨੀਆ ਬੈਠੀ ਹੈ ਉਹ ਇੱਕ ਗੱਲ ਨੋਟ ਕਰ ਲਵੇ ਅਸੀਂ ਸੱਚਵਾਦੀ ਹਾਂ ਅਸੀਂ ਸੱਚ ਲਈ ਹੀ ਤੁਰੇ ਸਾਂ ਅਤੇ ਸੱਚ ਲਈ ਲੜੇ ਹਾਂ ਅਸੀਂ ਆਪਣੀ ਕੌਮ ਵਿੱਚ ਆਪਣੇ ਦੇਸ਼ ਵਿੱਚ ਚਾਹੇ ਅੰਦਰੂਨੀ ਆਤੰਕਵਾਦ ਹੈ ਅਤੇ ਚਾਹੇ ਉਹ ਬਾਹਰੀ ਕਿਸੇ ਦੇਸ਼ ਦੀਆਂ ਫੌਜਾਂ ਦਾ ਆਤੰਕਵਾਦ ਹੈ ਅਸੀਂ ਇਹਨਾਂ ਦੋਨਾਂ ਆਤੰਕਵਾਦਾਂ ਦਾ ਵਿਰੋਧ ਕਰਦੇ ਹਾਂ ਅਤੇ ਸੱਚ ਦੀ ਨਿਆਈ ਜੋ ਸਤਿਗੁਰੂ ਨਾਨਕ ਨੇ ਸੱਚ ਦਾ ਸਿੱਕਾ ਇਸ ਸੰਸਾਰ ਦੇ ਵਿੱਚ ਚਲਾਇਆ ਹੈ ਉਸ ਸਿੱਕੇ ਦੀ ਜਿਹੜੀ ਹੈ ਹਿਫਾਜ਼ਤ ਹੈ ਜਿਹੜੀ ਉਸ ਸਿੱਕੇ ਨੂੰ ਚਲਾਉਣ ਵਾਸਤੇ ਅਸੀਂ ਆਪਣੀ ਕੌਮ ਦੇ ਇਸ ਦੁੱਖ ਦਰਦ ਵਿੱਚ ਸਾਂਝੀਵਾਲ ਹਾਂ ਮੇਰੀ ਬੇਨਤੀ ਹੈ ਸਾਰੀ ਸਮੁੱਚੀ ਸਿੱਖ ਪੰਥ ਨੂੰ ਕਿ ਇਸ ਨਿਸ਼ਕਾਮ ਸੇਵਾ ਵਿੱਚ ਜਿੰਨਾ ਵੀ ਸਿੱਖ ਧਰਮੀ ਫੌਜੀਆਂ ਨੇ ਦਰਬਾਰ ਸਾਹਿਬ 'ਤੇ ਹਮਲੇ ਦੀ ਬਹਿਰੂਮਤੀ ਨਾ ਸਹਾਰਦਿਆਂ ਹੋਇਆਂ ਆਪਣੀਆਂ ਜਾਨਾਂ ਕੁਰਬਾਨ ਕਰਤੀਆਂ ਨੇ ਇਹ ਇੱਕ ਇਤਿਹਾਸ ਰਚਿਆ ਗਿਆ ਹੈ ਇਹ 17ਵੀਂ ਸਦੀ 'ਚ ਵੀ ਰਚਿਆ ਗਿਆ ਸੀ 18ਵੀਂ 'ਚ ਵੀ ਰਚਿਆ ਗਿਆ ਸੀ ਅਤੇ 20ਵੀਂ ਸਦੀ 'ਚ ਵੀ ਰਚਿਆ ਗਿਆ ਸੀ ਇਸ ਇਤਿਹਾਸ ਨੂੰ ਆਪਾਂ ਦੁਨੀਆ ਦੇ ਵਿੱਚ ਜਾਗਰੂਕ ਕਰ ਦਈਏ ਤਾਂ ਕਿ ਆਉਣ ਵਾਲੇ ਕਦੇ ਵੀ ਹਾਕਮ ਨੇ ਜਿਹੜੇ ਉਹ ਇਹ ਸੋਚ ਲੈਣ ਕਿ ਸ੍ਰੀ ਦਰਬਾਰ ਸਾਹਿਬ ਜੋ ਸਿੱਖ ਸ਼ਕਤੀ ਦਾ ਇੱਕ ਧੁਰਾ ਹੈ ਵੀ ਉਹਦੇ ਵੱਲ ਕਦੀ ਵੀ ਉਹ ਅੱਖ ਨਾ ਚੁੱਕ ਕੇ ਵੇਖੇ ਇਸ ਕਰਕੇ ਅਸੀਂ ਇਹ ਉਪਰਾਲਾ ਕਰ ਰਹੇ ਹਾਂ ਕਿ ਇਹ ਯਾਦ ਹੈ ਜਿਹੜੀ ਉਹਨਾਂ ਧਰਮੀਆਂ ਦੀ ਤਿਆਰ ਕਰ ਦਿੱਤੀ ਜਾਵੇ ਅਤੇ ਸੰਗਤਾਂ ਸਾਨੂੰ ਉਹਦੇ 'ਚ ਪਿਆਰ ਬਖਸ਼ੇ ਅਸੀਂ ਆਪਣੀ ਕਿਰਤ ਕਮਾਈ ਕਰਕੇ ਰੋਟੀ ਖਾਣ ਦੇ ਉੱਤੇ ਬਿਲਕੁਲ ਵਿਸ਼ਵਾਸ ਰੱਖਦੇ ਹਾਂ ਇਹ ਜਿਹੜੀ ਯਾਦ ਹੈ ਜਿਹੜੀ ਇਹ ਕੌਮ ਦੀ ਇੱਕ ਨਿਸ਼ਾਨੀ ਹੈ ਔਰ ਇਹ ਹੀਰੇ ਵਰਗੀ ਯਾਦ ਹੈ ਜਿਹੜੀ ਉਹ ਕੌਮ ਜ਼ਰੂਰ ਤਿਆਰ ਕਰੇ ਕਿਉਂਕਿ ਅਸੀਂ ਇਸ ਯਾਦ ਨੂੰ ਆਪਣੀ ਜ਼ਿੰਦਗੀ ਦੇ ਜਿਉਂਦਿਆਂ ਸਵਾਸਾਂ ਦੇ ਵਿੱਚ ਜ਼ਰੂਰ ਸਲੂਟ ਕਰਨਾ ਚਾਹੁੰਦੇ ਹਾਂ ਇਸ ਲਈ ਅਸੀਂ ਅੱਜ ਅਕਾਲ ਚੈਨਲ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਅੱਜ ਸੱਚਮੁੱਚ ਹੀ ਸਾਡੀ ਸੱਚੀ ਕਹਾਣੀ ਸੁਣੀ ਹੈ ਜਿਹੜੀ ਉਹ ਸੱਚੀ ਕਹਾਣੀ ਸੰਗਤਾਂ ਦੇ ਸਾਹਮਣੇ ਰੂਬਰੂ ਕੀਤੀ ਹੈ ਔਰ ਸੰਗਤਾਂ ਤੋਂ ਵੀ ਅਸੀਂ
विश्वास लेंदे आ संगतां दे असीं भरोसा करदे आ कि अज ओह सचमुच ही सच सुन के इस सच नूं इतिहास बनाउण विच साडा साथ देणगे। वाहिगुरु जी का खालसा वाहिगुरु जी की फतेह। बिल्कुल तुहाडी गल सही है सचमुच। इह सन जी साडीआं दो अहम शख्सियतां धर्मी भौजी सरदार मलकीत सिंह ते सरदार बाबू सिंह जी जिन्हां ने अपने दिल के बलबले सांझे किए ने। एक अहम मसला भी साडे सामने खड़ा कर दिता, पंथ किवें इन्हां दी बांह पकड़ेगा, पंथ किवें इन्हां दे नाल मोढे नाल मोढा ला के इहो जी यादगार स्थापित करन विच सही होवेगा। सो हुण मैनूं दिवा गया, अगली बार फिर मिलांगे नवा मसला लैके ते कोशिश करांगे उस मसले दे हल तक भी पहुँचा जा सके नवें विद्वानां दे नाल नवीं शख्सियतां नाल। तद तक असीं आप सारा दुखे मत जा चुका, तुहाडा भी बहुत बहुत धन्नवाद जी। वाहिगुरु जी का खालसा वाहिगुरु जी की फतेह।